हेलो एवरीवन, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਇਟਸ GK ਕੁਝ। ਹਾਂਜੀ, ETT ਦੇ ਸੈਕਿੰਡ ਐਗਜ਼ਾਮ ਲਈ ਜਨਰਲ ਸਾਇੰਸ ਦੀ ਇਹ ਫਸਟ ਕਲਾਸ ਹੋਵੇਗੀ। ਅੱਜ ਦਾ ਜਿਹੜਾ ਟੌਪਿਕ ਹੋਵੇਗਾ ਮੈਟਰ ਇਨ ਆਵਰ ਸਰਾਊਂਡਿੰਗ। ਮੇਰੀ ਇਹੀ ਕੋਸ਼ਿਸ਼ ਹੋਵੇਗੀ ਕਿ ਮੈਂ ਇੱਕ ਵੀਡੀਓ ਵਿੱਚ ਤੁਹਾਨੂੰ ਪੂਰਾ ਚੈਪਟਰ ਜਿਹੜਾ ਕੰਪਲੀਟ ਕਰਾਵਾਂ, ਅਤੇ ਬਾਕੀ ਦੇ ਵੀ ਜਨਰਲ ਸਾਇੰਸ ਦੇ ਜਿੰਨੇ ਵੀ ਟੌਪਿਕ ਬਚਣਗੇ ਉਹ ਵੀ ਇੱਕ ਇੱਕ ਵੀਡੀਓ ਵਿੱਚ ਮੈਂ ਤੁਹਾਨੂੰ ਕੰਪਲੀਟ ਕਰਵਾ ਦੇਵਾਂਗਾ। ਤੁਸੀਂ ਬਸ ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਕਿਉਂਕਿ ਤੁਹਾਡੇ ਇੱਕ ਇੱਕ ਲਾਈਕ ਕਾਰਨ ਹੀ ਮੈਨੂੰ ਹੌਸਲਾ ਮਿਲਦਾ ਹੈ ਜੀ ਵੀਡੀਓ ਬਣਾਉਣ ਦਾ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਈ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦਾ ਸਾਇੰਸ ਦਾ ਚੈਪਟਰ ਮੈਟਰ ਇਨ ਆਵਰ ਸਰਾਊਂਡਿੰਗ। हेलो एवरीवन, तुहाड़ा सारिआं दा स्वागत है तुहाड़े अपने यूट्यूब चैनल इट्स GK कुंजी ते। दोस्तों, जिहड़ा ETT दा सैकंड एग्जाम होवेगा उस लई जनरल साइंस तुहाडे कोलों पुछी जाएगी। जनरल साइंस की मैं गल करां तो जनरल साइंस के अगे चार तरह के पार्ट होंदे ने, फिजिक्स, कैमिस्ट्री, बायो अते EVS। EVS ਜਿਹੜੀ ਹੈਗੀ ਸੀ ਆਪਾਂ ਇਸਦੇ ਫਸਟ ਪੇਪਰ 'ਚ ਕਰ ਚੁੱਕੇ ਹਾਂ। ਇਸ ਵਾਰੀ ਆਪਾਂ ਨੂੰ ਫਿਜਿਕਸ, ਕੈਮਿਸਟਰੀ ਅਤੇ ਬਾਇਓ ਜਿਹੜੀ ਪੜ੍ਹਨੀ ਪਵੇਗੀ। ਫਿਜਿਕਸ ਦਾ ਮਤਲਬ ਹੁੰਦਾ ਭੌਤਿਕ ਵਿਗਿਆਨ, ਕੈਮਿਸਟਰੀ ਦਾ ਮਤਲਬ ਹੁੰਦਾ ਜੀ ਰਸਾਇਣ ਵਿਗਿਆਨ, ਅਤੇ ਬਾਇਓ ਦਾ ਮਤਲਬ ਹੁੰਦਾ ਜੀਵ ਵਿਗਿਆਨ। ਜਿਹੜੇ ਸਿਲੇਬਸ ਵਿੱਚ ਟੋਪਿਕ ਦਿੱਤੇ ਹੋਏ ਨੇ ਉਹ ਆਪਾਂ ਕਵਰ ਕਰਾਂਗੇ, ਅਤੇ ਮੇਰੀ ਕੋਸ਼ਿਸ਼ ਹੋਵੇਗੀ ਕਿ ਹਰੇਕ ਵੀਡੀਓ ਵਿੱਚ ਇੱਕ ਪੂਰਾ ਚੈਪਟਰ ਜਿਹੜਾ ਆਪਾਂ ਕਵਰ ਕਰੀਏ, ਕਿਉਂਕਿ ਸਾਡੇ ਕੋਲ ਸਮਾਂ ਬਹੁਤ ਘੱਟ ਹੈਗਾ। ਵੀਡੀਓ ਥੋੜ੍ਹੀ ਲੰਬੀ ਹੋਵੇਗੀ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਵੀਡੀਓ 'ਚ ਪੂਰਾ ਕੰਪਲੀਟ ਚੈਪਟਰ ਜਿਹੜਾ ਤੁਹਾਨੂੰ ਕੰਪਲੀਟ ਕਰਵਾਈਏ। ਅਤੇ ਅੱਜ ਦਾ ਜਿਹੜਾ ਆਪਣਾ ਚੈਪਟਰ ਹੋਵੇਗਾ ਉਸਦਾ ਨਾਂ ਹੈਗਾ ਜੀ ਮੈਟਰ ਇਨ ਆਵਰ ਸਰਾਊਂਡਿੰਗ, ਸਾਡੇ ਆਲੇ ਦੁਆਲੇ ਦੇ ਪਦਾਰਥ। ਇਸ ਚੈਪਟਰ ਨੂੰ ਆਪਾਂ ਇਸ ਵੀਡੀਓ 'ਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਗੱਲ ਹੋਰ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਲਾਈਕ ਕਰਨਾ ਹੈ ਅਤੇ ਵੱਧ ਤੋਂ ਵੱਧ ਜਿਹੜਾ ਗਰੁੱਪਾਂ ਵਿੱਚ ਸ਼ੇਅਰ ਕਰਨਾ ਹੈ, ਆਪਣੇ ਸਾਥੀਆਂ ਨਾਲ ਅੱਗੇ ਸ਼ੇਅਰ ਕਰਨਾ ਹੈ ਤਾਂ ਜੋ ਮੈਨੂੰ ਹੌਸਲਾ ਮਿਲੇ ਅਤੇ ਮੈਂ ਇਸ ਦਾ ਨੈਕਸਟ ਪਾਰਟ ਹੈ ਜਿਹੜਾ ਅਗਲੇ ਚੈਪਟਰ ਦਾ ਉਹ ਤੁਹਾਡੇ ਅੱਗੇ ਜਲਦ ਤੋਂ ਜਲਦ ਲੈ ਕੇ ਆਵਾਂ। ਤਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਹਾਂਜੀ, ਸਾਡਾ ਅੱਜ ਦਾ ਜਿਹੜਾ ਚੈਪਟਰ ਹੈਗਾ ਉਹ ਹੈਗਾ ਮੈਟਰ ਇਨ ਆਵਰ ਸਰਾਊਂਡਿੰਗ, ਸਾਡੇ ਆਲੇ ਦੁਆਲੇ ਦੇ ਪਦਾਰਥ। ਤਾਂ ਚੈਪਟਰ ਦੇ ਨਾਂ ਵਿੱਚ ਹੀ ਕੀ ਆ ਰਿਹਾ ਪਦਾਰਥ, ਤਾਂ ਸਾਨੂੰ ਪਤਾ ਹੈ ਕਿ ਇਸ ਚੈਪਟਰ ਵਿੱਚ ਪਦਾਰਥ ਬਾਰੇ ਹੀ ਗੱਲਾਂ ਹੋਣਗੀਆਂ। ਤਾਂ ਸਭ ਤੋਂ ਪਹਿਲਾਂ ਅਸੀਂ ਕੁਝ ਜਿਹੜੀਆਂ ਮਹੱਤਵਪੂਰਨ ਪਰਿਭਾਸ਼ਾਵਾਂ ਨੇ ਉਹ ਪੜ੍ਹ ਲਈਏ। ਤਾਂ ਫਸਟ ਤੁਸੀਂ ਹੈਡਿੰਗ ਲਓ ਪਦਾਰਥ। ਪਦਾਰਥ ਕੀ ਹੁੰਦਾ ਹੈ? ਤਾਂ ਪਦਾਰਥ ਵਿਸ਼ਵ ਵਿੱਚ ਜਿੰਨੀਆਂ ਵੀ ਸਾਰੀਆਂ ਚੀਜ਼ਾਂ ਨੇ, ਜਾਂ ਮੈਂ ਗੱਲ ਕਹਿ ਲਾਂ ਕਿ ਕੋਈ ਵੀ ਵਸਤੂ ਹੈਗੀ ਹੈ ਜਿਹੜੀ ਸਥਾਨ ਘੇਰਦੀ ਹੋਵੇ, ਸਥਾਨ ਘੇਰਦੀ ਹੋਵੇ ਅਤੇ ਉਸਦਾ ਕੁਝ ਨਾ ਕੁਝ ਪੁੰਜ ਹੋਵੇ, ਉਸਨੂੰ ਆਪਾਂ ਕੀ ਕਹਾਂਗੇ? ਪਦਾਰਥ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ, ਵਿਸ਼ਵ ਦੀਆਂ ਸਾਰੀਆਂ ਚੀਜ਼ਾਂ ਜੋ ਕਿਸੇ ਵੀ ਸਮੱਗਰੀ ਤੋਂ ਬਣੀਆਂ ਹੋਣ, ਕੋਈ ਵੀ ਸਮੱਗਰੀ ਤੋਂ ਜਿਹੜੀ ਵਸਤੂ ਹੈ ਬਣੀ ਹੋਵੇ, ਕੰਡੀਸ਼ਨ ਕੀ ਹੈਗੀ ਹੈ? ਉਹ ਸਥਾਨ ਘੇਰਦੀ ਹੋਵੇ, ਸਥਾਨ ਘੇਰਦੀ ਹੋਵੇ ਅਤੇ ਉਸਦਾ ਕੁਝ ਨਾ ਕੁਝ ਪੁੰਜ ਹੋਵੇ, ਯਾਨੀ ਕਿ ਉਹਦਾ ਮਾਸ ਹੋਵੇ। ਦ੍ਰਵਯਮਾਨ ਹਿੰਦੀ 'ਚ ਕਹਿ ਦਿੰਦੇ ਆ, ਦ੍ਰਵਯਮਾਨ ਉਹ ਹੋਵੇ ਅਤੇ ਉਹ ਸਥਾਨ ਘੇਰਦੀ ਹੋਵੇ, ਉਸਨੂੰ ਆਪਾਂ ਕੀ ਕਹਾਂਗੇ? ਪਦਾਰਥ। ਜਿਵੇਂ ਆਹ ਲੱਕੜੀ ਦਾ ਟੁਕੜਾ ਹੈਗਾ, ਇਹਨੂੰ ਆਪਾਂ ਕੀ ਕਹਾਂਗੇ? ਪਦਾਰਥ। ਕਿਉਂ ਕਹਾਂਗੇ? ਕਿਉਂਕਿ ਆਹ ਕੁਝ ਨਾ ਕੁਝ ਜਿਹੜਾ ਸਥਾਨ ਘੇਰਦਾ, ਇੰਨਾ ਇੰਨੇ ਸਥਾਨ ਘੇਰਿਆ ਹੋਇਆ ਅਤੇ ਇਹਦਾ ਕੁਝ ਨਾ ਕੁਝ ਕੀ ਹੈਗਾ? ਵੇਟ ਹੈਗਾ, ਯਾਨੀ ਕਿ ਇਹਦਾ ਮਾਸ ਹੈਗਾ, ਦ੍ਰਵਯਮਾਨ ਹੈਗਾ। ਜੇ ਪਦਾਰਥ ਦੀ ਗੱਲ ਕਰੀਏ ਤਾਂ ਇਹ ਛੋਟੇ ਛੋਟੇ ਐਟਮ ਨਾਲ ਬਣਿਆ ਹੁੰਦਾ ਇਸ ਤਰ੍ਹਾਂ। ਆਹ ਲੱਕੜੀ ਦਾ ਜਿਹੜਾ ਟੁਕੜਾ ਹੈਗਾ ਇਸ ਤਰ੍ਹਾਂ, ਇਸਦੇ ਅੰਦਰ ਛੋਟੇ ਛੋਟੇ ਐਟਮ ਹੋਣਗੇ, ਇਸ ਨਾਲ ਇਹ ਬਣਿਆ ਹੁੰਦਾ। ਇਹਨਾਂ ਆਈਟਮਾਂ ਵਿੱਚ ਕੀ ਇੱਕ ਐਨਰਜੀ ਲੱਗਦੀ ਹੈ,
ਜਿਹਨੂੰ ਕਹਿੰਦੇ ਨੇ ਮੋਲੀਕੂਲਰ ਫੋਰਸ, ਮੋਲੀਕੂਲਰ ਫੋਰਸ। ਪੰਜਾਬੀ 'ਚ ਕੀ ਕਹਾਂਗੇ, ਇਹਨੂੰ ਕਹਿੰਦੇ ਨੇ ਅਣਵਿਕ ਫੋਰਸ, ਇਹਨਾਂ ਨੂੰ ਕਹਿ ਦਿੰਦੇ ਨੇ ਪੰਜਾਬੀ ਵਿੱਚ ਅਣਵਿਕ ਫੋਰਸ। ਇਹਨਾਂ ਵਿੱਚ ਜਿਹੜੀ ਫੋਰਸ ਲੱਗਦੀ ਆ ਆਪਸ ਵਿੱਚ, ਜਿਵੇਂ ਇੱਥੇ ਬਣਾ ਦੇਣਾ ਮੈਂ ਖੁੱਲ੍ਹੇ ਵਿੱਚ, ਇਸ ਤਰ੍ਹਾਂ ਐਟਮ ਨੇ, ਅਤੇ ਇੱਕ ਦੂਜੇ ਨੂੰ ਅਟਰੈਕਟ ਕਰਦੇ ਰਹਿੰਦੇ ਨੇ ਇਸ ਤਰ੍ਹਾਂ, ਇਸ ਨੂੰ ਅਟਰੈਕਟ ਕਰਦਾ ਉੱਪਰ ਨੀਚੇ, ਅਤੇ ਇਸ ਤਰ੍ਹਾਂ ਅਟਰੈਕਟ ਕਰਦੇ ਨੇ। ਇਸ ਫੋਰਸ ਨੂੰ ਕਹਿੰਦੇ ਨੇ ਮੋਲੀਕੂਲਰ ਫੋਰਸ, ਜਿਹੜੀ ਆਪਸ ਵਿੱਚ ਦੋ ਮੋਲੀਕੂਲ ਵਿੱਚ ਲੱਗਦੀ ਹੈ ਉਹਨੂੰ ਕਹਿੰਦੇ ਨੇ ਮੋਲੀਕੂਲਰ ਫੋਰਸ। ਅਤੇ ਇਹਨਾਂ ਵਿੱਚ ਐਨਰਜੀ ਵੀ ਹੁੰਦੀ ਹੈ, ਉਹ ਹੁੰਦੀ ਹੈ ਜੀ ਕਾਇਨੈਟਿਕ ਐਨਰਜੀ, ਕਾਇਨੈਟਿਕ ਐਨਰਜੀ, ਜਿਹਨੂੰ ਕਹਿੰਦੇ ਨੇ ਗਤਿਜ ਊਰਜਾ, ਗਤਿਜ ਊਰਜਾ। ਇਹ ਮੋਲੀਕੂਲ ਇੱਕ ਇੱਕ ਥਾਂ ਤੋਂ ਦੂਜੀ ਥਾਂ ਗਤੀ ਕਰਦੇ ਰਹਿੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਗਤਿਜ ਊਰਜਾ। ਕਾਇਨੈਟਿਕ ਐਨਰਜੀ ਦਾ ਜਿਹੜਾ ਫੋਰਮੂਲਾ ਹੁੰਦਾ ਉਹ ਤੁਹਾਡੇ ਕੋਲੋਂ ਪੁੱਛ ਲਿਆ ਜਾ ਸਕਦਾ ਹੈ, ਆਹ ਨੋਟ ਕਰ ਲਓ, 1/2 mv². ਕਾਇਨੈਟਿਕ ਐਨਰਜੀ ਦਾ ਜਿਹੜਾ ਫੋਰਮੂਲਾ ਹੈਗਾ ਬਲੂ ਕਲਰ ਨਾਲ ਇੱਥੇ ਲਿਖ ਦੇਣਾ, 1/2 mv² ਕਾਇਨੈਟਿਕ ਐਨਰਜੀ। ਕਾਇਨੈਟਿਕ ਐਨਰਜੀ ਮਤਲਬ ਗਤਿਜ ਊਰਜਾ, ਜਿਹੜੀ ਕਿ ਇੱਕ ਪਦਾਰਥ ਦੇ ਅੰਦਰਲੇ ਮੋਲੀਕੂਲਾਂ ਦੇ ਵਿੱਚ ਲੱਗਦੀ ਹੈ ਗਤੀ ਕਰਨ ਲਈ, ਗਤੀ ਕਰਨ ਲਈ ਜਿਹੜੀ ਫੋਰਸ ਲੱਗਦੀ ਹੈ ਉਹਨੂੰ ਕਹਿੰਦੇ ਨੇ ਗਤਿਜ ਊਰਜਾ। ਅਤੇ ਆਪਸ ਵਿੱਚ ਜਿਹੜੀ ਫੋਰਸ ਲੱਗਦੀ ਹੈ ਇੱਕ ਦੂਸਰੇ ਨੂੰ ਅਟਰੈਕਟ ਕਰਨ ਲਈ ਉਹਨੂੰ ਕਹਿੰਦੇ ਨੇ ਮੋਲੀਕੂਲਰ ਫੋਰਸ, ਜਾਂ ਫਿਰ ਅਣਵਿਕ ਜਿਹੜੀ ਆਪਾਂ ਫੋਰਸ ਕਹਿ ਸਕਦੇ ਹਾਂ, ਬਲ ਕਹਿ ਸਕਦੇ ਹਾਂ, ਉਹ ਦੋ ਮੋਲੀਕੂਲ ਦੇ ਵਿੱਚ ਲੱਗਦਾ। ਇਸ ਤੋਂ ਇਲਾਵਾ ਪਦਾਰਥ ਬਾਰੇ ਗੱਲ ਕਰੀਏ ਤਾਂ ਸਾਨੂੰ ਪਤਾ ਹੋਣਾ ਚਾਹੀਦਾ, ਜੇਕਰ ਆਪਾਂ ਪਦਾਰਥ ਦੀ ਅਵਸਥਾ ਦੀ ਗੱਲ ਕਰੀਏ ਤਾਂ ਇਹ ਹੁੰਦੀਆਂ ਨੇ 5 ਤਰ੍ਹਾਂ ਦੀਆਂ, ਪਰ ਆਪਾਂ 3 ਤਰ੍ਹਾਂ ਦੀ ਹੀ ਪੜ੍ਹਾਂਗੇ। 5 ਤਰ੍ਹਾਂ ਦੀ ਅਵਸਥਾ ਹੁੰਦੀਆਂ ਨੇ, ਜਿਵੇਂ ਠੋਸ, ਦ੍ਰਵ ਅਤੇ ਗੈਸ। ਇਸ ਤੋਂ ਇਲਾਵਾ ਚੌਥੀ ਅਵਸਥਾ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਪਲਾਜ਼ਮਾ, ਅਤੇ 5ਵੀਂ ਅਵਸਥਾ ਹੁੰਦੀ ਹੈ ਉਹ ਹੁੰਦੀ ਹੈ BEC। ਇਹਦਾ ਕੀ ਨਾਂ ਹੈਗਾ ਜੀ, ਫੁੱਲ ਫੋਰਮ ਦੀ ਬੋਲ ਆਇਨਸਟਾਈਨ ਕੰਡਨਸੈਟ, ਇੱਥੇ ਲਿਖ ਦੇਣਾ BEC ਦੀ ਫੁੱਲ ਫੋਰਮ ਹੈਗੀ ਹੈ ਬੋਲ ਆਇਨਸਟਾਈਨ ਕੰਡਨਸੈਟ, ਆ ਹੈਗੀ ਹੈ ਜੀ ਇਹਦੀ 5th ਅਵਸਥਾ ਪਦਾਰਥ ਦੀ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ, ਪਦਾਰਥ ਦੀ ਜਿਹੜੀ 5 ਅਵਸਥਾ ਨੇ ਆਪਾਂ 3 ਹੀ ਪੜ੍ਹਾਂਗੇ, ਠੋਸ, ਦ੍ਰਵ, ਗੈਸ, ਅਤੇ 4th ਅਵਸਥਾ ਹੈਗੀ ਹੈ ਪਲਾਜ਼ਮਾ, ਅਤੇ 5 ਹੈਗੀ ਇਹਦੀ BEC ਜਿਹਦਾ ਪੂਰਾ ਨਾਂ ਹੁੰਦਾ ਹੈ ਬੋਲ ਆਇਨਸਟਾਈਨ ਕੰਡਨਸੈਟ। ਹਾਂਜੀ, ਅਸੀਂ ਪਦਾਰਥ ਦੀ ਗੱਲ ਕਰ ਰਹੇ ਸੀ ਤਾਂ ਇਹਦੀਆਂ 3 ਅਵਸਥਾ ਜਿਹੜੀਆਂ ਆਪਾਂ ਪੜ੍ਹਨੀਆਂ ਨੇ, ਫਸਟ ਹੈਗੀ ਹੈ ਠੋਸ, ਦ੍ਰਵ ਅਤੇ ਗੈਸ। 3 ਡਾਇਗ੍ਰਾਮ ਮੈਂ ਬਣਾ ਰਿਹਾ ਇਹਨਾਂ ਦੀ। ਠੋਸ ਵਿੱਚ ਕੀ ਹੁੰਦੇ ਹੈ, ਮੋਲੀਕੂਲ ਕੋਲ ਕੋਲ ਹੁੰਦੇ ਨੇ ਬਿਲਕੁਲ ਇਸ ਤਰ੍ਹਾਂ, ਜਿਵੇਂ ਇਸਦੀ ਐਗਜ਼ਾਮਪਲ ਮੈਂ ਦੱਸ ਦੇਣਾ, ਬਰਫ਼ ਇਸਦੀ ਐਗਜ਼ਾਮਪਲ ਹੈਗੀ ਹੈ, ਅਤੇ ਪਾਣੀ ਵਿੱਚ ਇਹ 3 ਕੰਡੀਸ਼ਨ ਆਪਾਂ ਨੂੰ ਵੇਖਣ ਨੂੰ ਮਿਲ ਸਕਦੀਆਂ ਨੇ, ਠੋਸ, ਦ੍ਰਵ ਅਤੇ ਗੈਸ। ਦ੍ਰਵ 'ਚ ਕੀ ਹੁੰਦਾ ਹੈ, ਮੋਲੀਕੂਲ ਥੋੜ੍ਹੇ ਥੋੜ੍ਹੇ ਦੂਰ ਦੂਰ ਹੁੰਦੇ ਨੇ, ਅਤੇ ਗੈਸ ਵਿੱਚ ਬਹੁਤ ਜ਼ਿਆਦਾ ਦੂਰ ਇਸ ਤਰ੍ਹਾਂ। ਵੇਖਰ ਥੋੜ੍ਹਾ ਵੱਡਾ ਕਰ ਲਈਏ, ਇਸ ਤਰ੍ਹਾਂ ਹੁੰਦੀ ਹੈ। ਕੁਸ਼ਚਨ ਕਿਸ ਤਰ੍ਹਾਂ ਪੁੱਛੇ ਜਾਣਗੇ ਤੁਹਾਡੇ ਕੋਲੋਂ ਕਿ ਇਹਨਾਂ 3 ਅਵਸਥਾ ਵਿੱਚ ਜਿਹੜੀ ਮੋਲੀਕੂਲ ਦੀ ਅਟਰੈਕਸ਼ਨ ਫੋਰਸ ਹੁੰਦੀ ਹੈ ਉਹ ਕਿਸ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਤਾਂ ਵੇਖੋ ਤੁਸੀਂ ਇਹਨਾਂ ਦੀ ਅਟਰੈਕਸ਼ਨ ਫੋਰਸ ਦੀ ਗੱਲ ਕਰੀਏ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਮੋਲੀਕੂਲਸ ਨੇ ਇੱਕ ਦੂਜੇ ਨੂੰ ਆਪਣੇ ਵੱਲ ਅਟਰੈਕਟ ਕਰਦੇ ਰਹਿੰਦੇ ਨੇ, ਇਸ ਤਰ੍ਹਾਂ ਦ੍ਰਵ ਵਿੱਚ ਵੀ ਅਟਰੈਕਟ ਕਰਨਗੇ। ਅਤੇ ਇਹਨਾਂ ਦੀ ਜਿਹੜੀ ਮੂਵ ਕਰਨ ਦੀ ਜਿਹੜੀ ਐਨਰਜੀ ਹੁੰਦੀ ਹੈ ਉਹਨੂੰ ਕੀ ਕਹਿੰਦੇ ਨੇ ਆਪਾਂ, ਕਾਇਨੈਟਿਕ ਐਨਰਜੀ, ਕਾਇਨੈਟਿਕ ਐਨਰਜੀ, ਗਤਿਜ ਊਰਜਾ। ਅਤੇ ਠੋਸ ਵਿੱਚ ਵੀ ਇੱਕ ਦੂਜੇ ਨੂੰ ਅਟਰੈਕਟ ਕਰਨਗੇ। ਹੁਣ ਤੁਸੀਂ ਧਿਆਨ ਨਾਲ ਵੇਖੋ ਕਿ ਸਭ ਤੋਂ ਜ਼ਿਆਦਾ ਜਿਹੜੀ ਅਟਰੈਕਸ਼ਨ ਫੋਰਸ ਹੈਗੀ ਹੈ ਉਹ ਕਿਸ ਵਿੱਚ ਜ਼ਿਆਦਾ ਹੈ, ਤਾਂ ਉਹ ਹੈਗੀ ਹੈ ਠੋਸ ਵਿੱਚ ਜ਼ਿਆਦਾ, ਕਿਉਂਕਿ ਇਸ ਵਿੱਚ ਮੋਲੀਕੂਲ
काफ़ी क्लोज ने, इस तरह क्लोज होंगे तो इन्हां दी अट्रैक्शन फोर्स भी ज़्यादा होगी। उस तो बाद गल करिए तो उस तो घट जिहड़ी हैगी है वह हैगी है द्रव विच, क्योंकि द्रव विच मोलीक्यूल थोड़े थोड़े दूर होंगे ने, तो उस तो जिहड़ी घट हैगी है वह हैगी है गैस विच। गैस विच जिहड़ी इन्हां दी अणविक जिहड़ी बल आपां कह सकते हैं अणुआं दा बल हुंदा है वह सब तो घट हुंदा है गैस विच। तो इस दे उल्ट जे आपां काइनेटिक एनर्जी की गल करिए, काइनेटिक एनर्जी यानी कि गतिज ऊर्जा की, क्वेश्चन यह भी पूछ लिया जाता है कि गतिज ऊर्जा पदार्थ दीयां तीन अवस्था विचों सब तो ज़्यादा किस दी हुंदी। हुण तुसीं वेखो मोलीक्यूल्स इस विच भी मूव कर रहे हैं, इस विच भी मूव कर रहे हैं, तो गैस विच भी मूव कर रहे हैं। इन्हां विच डिस्टेंस ज़्यादा हैगा गैस विच मोलीक्यूल्स का, ज़्यादा डिस्टेंस होने कारण जिहड़ी गतिज ऊर्जा है वह सब तो ज़्यादा किस दी हो जाएगी, गैस की। गैस की जिहड़ी गतिज ऊर्जा सब तो ज़्यादा हो जाएगी, उस तो घट की गल करिए उस तो घट द्रव की, उस तो घट ठोस की। फिर तो रिपीट कर देने, अपन दो गल्लां डिस्कस करिया ने। फस्ट हैगी सी जिहड़ी अट्रैक्शन फोर्स, अट्रैक्शन फोर्स है जिहड़ी आकर्षण बल वो सब तो ज़्यादा होगा ठोस विच, क्योंकि मोलीक्यूल्स ज़्यादा क्लोज ने तो इन्हों दे जिहड़ी अट्रैक्शन फोर्स है वो ज़्यादा होगी। ठोस विच सब तो ज़्यादा होंदी है, उस तो घट की गल करिए द्रव च, तो उस तो घट की गल करिए गैस विच। दूजी आपां गल की है जी गतिज ऊर्जा, गतिज ऊर्जा, गतिज ऊर्जा सब तो ज़्यादा होगी गैस विच। क्यों होगी? क्योंकि इस जिहड़ी मोलीक्यूल्स ने वो काफ़ी दूर दूर ने, इन्हों का गैप बहुत ज़्यादा है, जिहड़ी मोलीक्यूल्स ने आसानी नाल जिहड़े मूव कर सकते हैं, एक थां तो दूजी थां जा सकते हैं। जिवें आपां एग्जाम्पल ले लिए भाफ की, जिवें आपां पानी गर्म कर रहे हाँ तो जिहड़ा भाफ बन के उड़दा हो इस तरह पानी, यह की हुंदा है गैस के फॉर्म च हुंदा है। इहदे विच किहड़े मोलीक्यूल्स ने वह ईजीली मूव कर सकते हैं, एक थां तो दूजी थां जा सकते हैं। जां इस दी होर एग्जाम्पल तुहानूं दस्सां, जिवें आ कमरा है बंद कमरा, इस विच मैं इत्थे अगरबत्ती जलाई है, इस थां ते अगरबत्ती जलाई है, तो इस थां कोई बंदा खड़ा है तो उन्हें की है इनकी महक है वो बहुत जल्दी आ जाएगी। क्यों आएगी? क्योंकि आ जिहड़ी मोलीक्यूल्स ने वो फ्रीली मूव करते हैं, तो थोड़े टाइम जिहड़े इनके कोल आ जाएंगे तो इन्हों जिहड़ी है खुशबू आनी स्टार्ट हो जाएगी। तो कहने का मतलब की है सब तो ज़्यादा जिहड़ी गतिज ऊर्जा होंदी है वो होंदी है गैस विच, उस तो बाद द्रव विच, तो उस तो बाद जिहड़ा नंबर आता है वह आता है ठोस का। जे आपां एक एटम की गल करिए, जिवें इस पदार्थ विच ठोस विच मैं एटम बनाए ने छोटे छोटे, इस एक एटम की गल करिए तो एक किस दे नाल बनया होंदा है। पहला जे आपां गल करिए भारत के प्राचीन दार्शनिकां की गल करिए, वह कहिंदे सी कि जिहड़ा एक एटम है जिहड़ा पदार्थ हुंदा है वह बनया हुंदा है जी हवा, धरती, अग, पानी ते आकाश। क्वेश्चन यह भी पूछ लिया जाता है कि पहला पदार्थ जिहड़े किनू मनदे सी पदार्थ, तो भारत के जिहड़े प्राचीन दार्शनिक रहे ने वह कहिंदे सी कि हवा, धरती, अग, पानी ते आकाश नूं मिलके की बनदा जी पदार्थ बनदा, पर बाद च जिहड़ी सोध होई है बाद च पता चलिया कि पदार्थ है जिहड़ा वह क्या छोटे छोटे एटम नाल बनया हुंदा, छोटे छोटे एटम नूं मिल के जिहड़ा पदार्थ बनया हुंदा है। तो संसार विच कोई भी वस्तु हैगी है जिहड़ी स्थान घेरदी होवे, स्थान घेरदी होवे ते उसका कुछ ना कुछ की होवे पुंज होवे, कुछ ना कुछ उसका पार होवे ते उहनूं आपां की कह दांगे पदार्थ। हुण गल करिए इहनां छोटे छोटे एटम दी कि इह किस दे नाल बणे हुंदे ने। एक इत्थे एटम बना के मैं तुहानूं विखा दिंदा, इस तरह एटम बने होंगे, इस दे सेंटर विच की होंगे ने प्रोटोन ते न्यूट्रॉन, पी नाल प्रोटोन ते एन नाल न्यूट्रॉन मैं दर्शाया, तो इस दे बाहरले जिहड़े शैल विच इलेक्ट्रॉन मूव करते हैं इस तरह, आ की बन गया एक पूरा एटम। फिर तो रिपीट करते हैं, एक एटम विच जिहड़े सेंटर विच की होंगे ने प्रोटोन, प्रोटोन ते चार्ज होंगे
धन चार्ज प्लस चार्ज होंगे है, तो न्यूट्रॉन से कोई चार्ज नहीं होंगे, ये न्यूट्रल होंगे ने, कोई इन चार्ज नहीं होंगे। तो बाहर जड़े घूमते रहते हैं वो होंगे ने इलेक्ट्रॉन, इन्हों चार्ज होंगे नैगेटिव ऋण चार्ज होंगे। ये पूरी स्ट्रक्चर हैगी है एक एटम की। इस तरह छोटे छोटे एटम नूं मिला के जो आप कोई चीज़ बनाईए, ऐसे छोटे छोटे एटम है इन मिला के आप कोई चीज़ बनाईए तो आ बन जाता जी पदार्थ, इनू कहते हैं आप पदार्थ। जिमें गल ही कर लिया, जिमें मैं लिख रहा पिछे बोर्ड ही है, तो बोर्ड कि बनया छोटे छोटे एटम। हुण तुसीं नोट करोगे जिमें आप बोर्ड है, आ वाइट बोर्ड है, इनू आप हिट करते हैं, जिमें मैं मार कर रहा, मैं मार रहा तो आवाज़ आएगी टक टक की। आवाज़ क्यों आती है, ये आवाज़ क्यों आ रही है, ये आप साउंड चैप्टर च पढ़ा ध्वनि चैप्टर च। ये आवाज़ क्यों आ रही है जी, ये आप कर रहे हैं इन्होंने मोलीक्यूल्स में डिस्टर्ब कर रहे हैं। जी हमने मैं गल की कि छोटे छोटे मोलीक्यूल्स में मिला के जोड़ा बनया हों पदार्थ है, जो इस बोर्ड में मैं टच करता है मार्कर हिट करदा तो मोलीक्यूल्स डिस्टर्ब हो रहे हैं, इन्हों मैं हिला रहा, आ मोलीक्यूल्स एक थान तो दूजी थान जा रहे हैं फिर वापस आ रहे हैं। जिमें मोलीक्यूल्स ने इनू मैं मिलाता, इन धक्का देता, आज टच होकर वापस अपनी थान पर आ जाएगा। क्यों, क्योंकि ये ठोस है, वापस अपनी थान पर आने की कोशिश करेंगे तो आ भी जाते, तो वापस आने ना तो इन्हें एक डिस्टर्बेंस जी बन जाती है इस तरह की। इस कारण की होंगे साउंड प्रोड्यूस होता, जी साउंड की आवाज़ आती है। क्लीयर हो गया, बाकी आ जो साउंड की गल ही आ गई सी, ये आप नैक्सट चैप्टर जो साउंड का करा उन पूरा डीपली पढ़ा कि साउंड किस तरह बनता है, किस तरह आता है, किवें मोलीक्यूल्स डिस्टर्ब होंगे ने, ते बाकी भी किन्ने तरह का साउंड होता है जो भी आप पढ़ा। आप पढ़ रहे थे पदार्थ की डेफिनेशन, ज़्यादा डीपली चले गए, तो नैक्सट डेफिनेशन आप पढ़िए। हाँ जी, नैक्सट जी डेफिनेशन आप पढ़नी है वो है विसरण, इंग्लिश जिन्हों कहें डिफ्यूजन, डिफ्यूजन विसरण। विसरण की होंगे जी, जिमें आप दो पदार्थ के, दो पदार्थ ले लीए, इन्ह के जोड़े कण होंगे ने, हमने आप पिछे गल की है छोटे छोटे कण होंगे ने जिन्हों एटम्स कहते हैं, ये आपस में मिलते हैं, इन्हों आप कह दें विसरण। फिर तो रिपीट कर दें, दो वक् वक् पदार्थों के जोड़े कण खुद ही आपस में जोड़े मिलन की कहेंगे आप विसरण। जिमें आप कोई घोल बना लीए, दो पदार्थ है जोड़े उन्हें आप मिक्स कर दिता, जिमें चीनी मिक्स करती इन पानी विच, तो विच ही आप नमक है जी वह भी मिक्स करती, चीनी तो नमक दोवें आप घोल लीती है, तो इन्हों के जोड़े कण ने आपस में वह मिलन गए, उन्होंने आप प्रोसैस में आप कहेंगे विसरण। आई होप तुहानू क्लीयर हो गया होगा। नैक्सट जिहड़ा आपां डेफिनेशन पढ़ते हैं वो हैगी है ठोस की, वैसे तो आपां पिछे कर ली सोलिड। ठोस की हुंदा है, तो वह पदार्थ जिन्हां दा निश्चित आकार होवे, आकार जिहड़ा उहनां दा की होवे निश्चित, वह पदार्थ जिन्हां दा निश्चित आकार होवे ते स्पष्ट उहनां दी सीमा होवे, स्पष्ट सीमा ते स्थिर उन्हों का आयतन रवे, आयतन है जरा वो की रवे स्थिर, उसनों आप कहेंगे ठोस। फिर तो रिपीट कर दें, कोई भी पदार्थ है जिदा आकार जरा निश्चित हो, जिमें बर्फ का टुकड़ा आप ले लीए फ्रिज से बर्फ जमाने वो की बनता रहता है ठोस, पानी में जो आप फ्रिज रख दें बर्फ बनते हो की बन जाता है ठोस। हुण देखते हैं कि कंडीशन से अप्लाई होंगे, पहला की कहता निश्चित आकार हो, हाँ जी पता है सानूं उनका आकार है जिहड़ा निश्चित हो जाता है, स्पष्ट सीमा होती है बिल्कुल जी, तो आयतन हैगा वह स्थिर हो जाता है, आयतन जिहड़ा की आता स्थिर हो जाता है ठोस बनते, उस तो पहला नहीं, उन तो पहला की है आयतन का वाधा घटता रहता है, पर आप ठोस की गल करिए तो ठोस से की होंगे आयतन का स्थिर हो जाता है। जिवें आप कोई होर भी जिवें लकड़ का टुकड़ा ले लीए, इन ते भी ये कंडीशन जी अप्लाई होनगियां, तो उन्होंने आप कहेंगे ठोस, ठोस से पता सानू
मोलीक्यूल्स ने क्लोज होंगे ने, अट्रैक्शन फोर्स ज़्यादा होंगी है, तो गतिज ऊर्जा जी भी सॉरी वह घट होंगी, अट्रैक्शन फोर्स ज़्यादा होंगी है, गतिज ऊर्जा घट होंगी, उन्होंने आप कहेंगे ठोस कहेंगे, तो इन्हों का आकार है जो नहीं बदलिया जा सकता, आकार इन्हों का नहीं बदलिया जा सकता, एवं नहीं होंगे जिमें कि आ लकड़ का टुकड़ा है देते मैं कोई दबाव पा दाँगा तो इनका आकार है जरा एवं बन जाएगा, एवं नहीं हो सकता ना, तो की है कंडीशन आ भी है कि इन्हों का आकार है जो नहीं बदलिया जा सकता, उन्होंने आप कहेंगे ठोस कहेंगे। नैक्सट आप पढ़ते हैं द्रव, द्रव क्यों होंगे, नैक्सट है जी द्रव यानी कि लिक्विड, लिक्विड जी की होएगा तुम सारे नो पता है कि वो तरल पदार्थ जिन्हों का निश्चित आयतन हो, आयतन की हो निश्चित, आयतन उन्हों का निश्चित हो पर कोई निश्चित आकार ना हो, पर कोई निश्चित आकार ना हो, आयतन जिहड़ा इन्हों का निश्चित हो पर इन्हों का कोई आकार है जिहड़ा निश्चित ना हो, जिवें आपां एग्जाम्पल ले लईए पानी, पानी नूं जिवें मैं गिलास च पाया तां इन्होंने पानी ने गिलास का जिहड़ा रूप है जिहड़ा धारण कर लिया, तो इहनूं जे मैं किसी टब च पा देना तो आ टब का जिहड़ा आकार ले लेगा, की मतलब होया इन्हां दा कोई निश्चित आकार नहीं होंदा इन्हां दा, गिलास च इस तरह का आकार हो गया तो टब च पाया तो इस तरह का आकार हो गया, पर इन्हां दा आयतन हैगा जिहड़ा वह निश्चित हैगा, एवें तां नहीं कि पानी गिलास च पाया इन्ना हैगा सी जिवें कि आपां मान लईए अद्धा लीटर पानी हैगा सी तो टब च पाया वह दो लीटर हो जाएगा, एवं नहीं हो सकता ना, तो आयतन जिहड़ा इन्हां दा निश्चित रहेगा, जे लीटर पानी लिता तो इन्हें पाने से भी लीटर ही रहेगा, पर इन्हों का निश्चित आकार नहीं होंगे, गिलास च पाओगे तो इस तरह का आकार होगा, तो टब च पाओगे तो इस तरह का आकार होगा, उसनों आप कह देवे लिक्विड, तो लिक्विड की आप गल करिए तो लिक्विड च की है जी काइनेटिक एनर्जी सी वह गैस तो घट हैगी, गैस तो घट हैगी काइनेटिक एनर्जी, क्योंकि काइनेटिक एनर्जी जी वो सब तो ज़्यादा होंगी है गैस च, तो सब तो घट की होंगी गैस च मोलिकुलर फोर्स, फोर्स घट होंगी सब तो गैस च, उस तो बाद आप गैस की गल कर लीए, नैक्सट आप परिभाषा पढ़िए गैस की यानी कि गैस, गैस च क्यों होंगे, गैस की है बहुत ज़्यादा दबाव सहन करने वाला पदार्थ होंगे, बहुत ज़्यादा दबाव सहन करने वाला पदार्थ होंगे जो किसी भी आकार के बर्तन में उसका रूप है जिहड़ा ले लैंदा, फिर तो रिपीट कर देने, गैस की होंदा है कि बहुत ज़्यादा दबाव सहन करने वाला पदार्थ होंदा, अपन जिस तरह के बर्तन में पा दईए उस तरह का जिहड़ा रूप ले लैंदा, जिवें सिलेंडर होंदा अपने घर च गैस सिलेंडर होंदा उस च पाइए तो वह उसका जिहड़ा रूप ले लैंदा, जे आपां कोई होर जिवें गल कर लईए गुब्बारे की तो गैस गुब्बारे जी पर दिए तो उस तरह का आकार ले लेंदा, कहने का मतलब कि बहुत ज़्यादा दबाव सहन करने वाला पदार्थ होंगे, जिवें गुब्बारा है उन्होंने प्रेस करिए इस तरह की शेप बन जाती है, जिवें इस तरह की बना दी मैं इन्होंने दो इस तरह हाथों नाल प्रेस किया तो इस तरह बन जाता है, कहने का मतलब कि बहुत ज़्यादा दबाव सहन करने वाला पदार्थ होंगे गैस, तो गैस की हमने गल की इन्होंने जी मोलीकुलर फोर्स होंगी वह घट होंगी है, मोलीकुलर फोर्स घट होंगी है, तो जी काइनेटिक एनर्जी होंगी वह सब तो ज़्यादा होंगी, क्यों ज़्यादा होंगी है, क्योंकि ये मोलीक्यूल्स ने वो ईजली मूव कर सकते हैं एक थान तो दूजी थान ईजली जा सकते हैं, इसलिए इन्हों की काइनेटिक एनर्जी ज़्यादा, तो अट्रैक्शन फोर्स है जी घट होंगी, अट्रैक्शन फोर्स वो घट होंगी है, काइनेटिक एनर्जी सब तो ज़्यादा होंगी है, उस तो बाद आप डेफिनेशन पढ़िए घनता की, डेंसिटी की, डेंसिटी घनता, डेंसिटी की होंगी है जी, इसका फॉर्मूला होंगे डेंसिटी इज इक्वल टू मास बटा वॉल्यूम,
मास वटा वोल्यूम कि किसी तत् दे पुंज प्रति इकाई आयतन घनता कहते हैं कि किसी तत् दे पुंज प्रति इकाई जिहड़ा फॉर्मूला है इहनू कहते हैं पुंज प्रति इकाई आयतन पुंज प्रति इकाई आयतन की कहते हैं घनता कहते हैं। जे आप इन सिंपल भाषा च कही भारीपन भारीपन भी कह सकते हैं। पानी पानी की गल करिए पानी की सब तो ज़्यादा घनता होंगी है जी 4 डिग्री सैलसीयस से सब तो ज़्यादा घनता होंगी है पानी। आई कारण है जिमें ठंडे इलाके जिमें गल करिए ठंडे इलाके जिमें जिथे बर्फ जमती हो समुद्र उस थान से जी कि मच्छियाँ जिंदा रह जाए क्यों रह जाए क्योंकि जिमें आप एग्जाम्पल से दस ले जिमें पानी की सतह है इनके उत्ते की है बर्फ जम गई हूँ 0 डिग्री सैलसीयस हो गया टैंपरेचर पूरा भी जिमें इतने टैंपरेचर है 0 डिग्री सैलसीयस पानी के उत्ते जिमें बर्फ की सिली जी बन गई उत्ते पूरी प्रक्रिया हेठा जी मछियां है वो जीवित ने क्यों ने क्योंकि पानी का जोड़ा कणतव हों वो 4 डिग्री सैलसीयस से सब तो ज़्यादा होंगे जिमें इतने बना दीजिए ज्यों ज्यों टैंपरेचर घटता जाएगा जिम्मे पहला 7 डिग्री सी जिम्मे उस तो बाद 6 हो गया उस तो बाद 5 हो गया तो इवें करता करता 0 डिग्री हो गया तो इतने लेयर जी बन जाएगी इस तरह पानी जिम्मे घटता जाएगा लेवल पानी और जोड़ा 4 डिग्री का वो हेठा आ जाता है इस तरह तो इतने 4 डिग्री सैलसीयस से हमने गल की कि घनत्व सब तो ज्यादा ज़्यादा होंगे तो इन आप कह दें भारीपन तो पानी का जोड़ा भारीपन वो हेठा आ जाएगा ऑटोमैटिकली उत्ते की है उत्ते हल्का पानी रहेगा इतने जोड़ा टैंपरेचर हो जाना 0 डिग्री सैलसीयस यानी कि इतने बर्फ जम जाने तो जोड़ा भारी पानी है वह थले रहेगा 4 डिग्री सैलसीयस से तो 4 डिग्री सैलसीयस चुच के जी मच्छियाँ जीवित रह सकती हैं। आई कारण है कि ठंडे इलाके जी समुद्री मच्छियां ने या फिर किसी तरह की मच्छियां ने वो जीवित रह सकती हैं। नैक्सट आप जी डेफिनेशन पढ़िए वो है मेल्टिंग पॉइंट पिंगलाओ दर्जा। हाँ जी नैक्सट जी आप डेफिनेशन पढ़नी है वह है मेल्टिंग पॉइंट जिन्होंने कहते हैं पिंगलन दर्जा। हम पिंगलन दर्जा की होंगे जिस तापमान से ठोस पिंगल के द्रव बन जाता है उसनों की कहते हैं पिंगलन दर्जा। जिस तापमान से ठोस पिंगल के जिमें एग्जाम्पल ले लीए फ्रिज से जिमें बर्फ जमी से आप बाहर निकाल ली इनका जो टैंपरेचर होगा से 0 डिग्री सैलसीयस बाहर निकाली तो इन्हें थोड़ी जी हीट मिली हीट मिलकर जिमें इनका टैंपरेचर हो गया 4 डिग्री सैलसीयस तो जो आ पिंगलनी स्टार्ट हो जाएगी तो पिंगल के आ की बन जाएगी अगे द्रव वापस लिक्विड बन जाएगी पिंगल इतने पिंगलनी स्टार्ट हुई है उस तो बाद होर हीट मिलेगी इन तो आ पिंगल के की बन जाएगा पानी तो जिस तापमान से ठोस पिंगल के द्रव बन जाता है ठोस पिंगल के द्रव सॉरी आ बर्फ है किसी बर्फ तो आ बन गया पानी जिस तापमान से ठोस पिंगल के द्रव बन जाता है उसनों की कहते हैं पिंगलाओ दर्जा मेल्टिंग पॉइंट। उस तो बाद आप पढ़ेंगे संगलन फ्यूजन। संगलन क्यों होता है ठोस तो द्रव अवस्था में परिवर्तन आ जी ठोस तो द्रव अवस्था में परिवर्तन की कहते हैं फ्यूजन या फिर संगलन। नैक्सट है फ्रीजिंग जमना फ्रीजिंग जमना द्रव अवस्था से ठोस अवस्था में परिवर्तन में जमना कहते हैं जिमें पहला तरल है सी आप फ्रिज से रखता तो की बन गया बर्फ बन गया बर्फ बन के आ जम गया उन्होंने की कहेंगे फ्रीजिंग जमना। इस तरह के सिंपल सिंपल ही क्वेश्चन पूछे जाएंगे बाकी तुसी पहला कॉन्सैप्ट जरा पढ़ दोगे उस तो बाद टफ क्वेश्चन है भी वह भी कर सकते हो। वीडियो जेकर तुहानू चंगी लग रही है तो वीडियो नू लाइक करो ते ज़्यादा तो ज़्यादा शेयर करो क्योंकि तुहाडे एक एक लाइक कारण ही मैनू हौसला मिलता है वीडियो बनाउण दा। तुसी इन्ना काम करना बस वीडियो नू लाइक करना क्योंकि तुहाडे लाइक वेख के मैनू पता लगता है कि मेरी जिहड़ी मेहनत है वह रंग ला रही है ते ज़्यादा तो ज़्यादा तुसी वीडियो नू शेयर करना। जेकर तुसी चैनल ते नए हो तो चैनल नू जरूर सबसक्राइब कर लियो ते नाल लगे जिहड़ी बैल आइकन है ना उन्होंने प्रेस करके इतने ऑल लिखे आएगा
ਉਹਦੇ 'ਤੇ ਕਲਿੱਕ ਕਰਨਾ ਤੁਸੀਂ, ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਉਹ ਟਾਈਮ ਨਾਲ ਮਿਲ ਸਕੇਗੀ। ਜੇ ਤੁਸੀਂ ਆ ਕੋਲ ਨਾ ਕੀਤਾ ਨਾ ਤਾਂ ਤੁਹਾਨੂੰ ਨੋਟੀਫਿਕੇਸ਼ਨ ਉਹ ਨਹੀਂ ਮਿਲੂ। ਨੈਕਸਟ ਆਪਾਂ ਪੜ੍ਹਦੇ ਹਾਂ, ਇੰਪੋਰਟੈਂਟ ਹੈਗੀ ਹੈ ਨੈਕਸਟ ਜਿਹੜੀ ਪਰਿਭਾਸ਼ਾ ਆਪਾਂ ਪੜ੍ਹਨ ਜਾ ਰਹੇ ਹਾਂ ਉਹ ਹੈਗੀ ਹੈ ਜੋਰ ਉੱਡਣ ਕਿਰਿਆ, ਜਿਹਨੂੰ ਕਹਿੰਦੇ ਨੇ ਸਬਲੀਮੇਸ਼ਨ। ਨੈਕਸਟ ਜਿਹੜੀ ਆ ਜਿਹੜੀ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ, ਇਸ ਤੋਂ ਤੁਹਾਨੂੰ ਐਗਜ਼ਾਮ ਵਿੱਚ ਕੁਸ਼ਚਨ ਜ਼ਰੂਰ ਪੁੱਛਿਆ ਜਾਵੇਗਾ, ਆ ਹੈਗੀ ਹੈ ਜੋਹਰ ਉੱਡਣ, ਜੋਹਰ ਉੱਡਣ ਕਿਰਿਆ। ਇਹਨੂੰ ਇੰਗਲਿਸ਼ 'ਚ ਕਹਿੰਦੇ ਜਿਹਨੇ ਸਬਲੀਮੇਸ਼ਨ, ਸਬਲੀਮੇਸ਼ਨ। ਅੱਛਾ, ਇਹ ਹੁੰਦਾ ਕੀ ਹੈ ਜੀ, ਜਦੋਂ ਕੋਈ ਠੋਸ ਪਦਾਰਥ ਦ੍ਰਵ ਵਿੱਚ ਬਦਲੇ ਬਿਨਾਂ ਸਿੱਧਾ ਕੀ ਬਣ ਜੇ, ਗੈਸ, ਜਾਂ ਫਿਰ ਆਪਾਂ ਐਵੇਂ ਕਹਿ ਸਕਦੀਏ ਕਿ ਕੋਈ ਗੈਸ ਅਵਸਥਾ ਹੈ ਉਹ ਠੋਸ ਵਿੱਚ ਬਣ ਜਾਏ ਤਾਂ ਉਹਨੂੰ ਕੀ ਕਹਾਂਗੇ ਆਪਾਂ, ਜ਼ੋਰ ਉੱਡਣ ਕਿਰਿਆ। ਜਿਵੇਂ ਇੱਥੇ ਐਗਜ਼ਾਮਪਲ ਨਾਲ ਸਮਝੋ ਤੁਸੀਂ, ਕੋਈ ਪਦਾਰਥ ਹੈ ਠੋਸ, ਯਾਨੀ ਬਰਫ਼ ਹੈਗੀ, ਫਿਰ ਆ ਕੀ ਬਣੇਗੀ, ਪਹਿਲਾਂ ਤਰਲ ਬਣੇਗੀ, ਉਹ ਤੋਂ ਬਾਅਦ ਕੀ ਬਣੇਗੀ, ਗੈਸ। ਅਤੇ ਜ਼ੋਰ ਉੱਡਣ ਕਿਰਿਆ ਕੀ ਹੁੰਦੀ ਹੈ ਕਿ ਬਰਫ਼ ਤੋਂ ਸਿੱਧਾ ਕੀ ਬਣ ਜੇ, ਗੈਸ। ਤਰਲ ਬਣ ਕੀ, ਤਰਲ ਨਾ ਹੀ ਬਣੇ, ਕੋਈ ਇਹੋ ਜਿਹਾ ਪ੍ਰੋਸੈਸ ਹੋਵੇ ਕਿ ਬਰਫ਼ ਤੋਂ ਸਿੱਧਾ ਕੀ ਬਣ ਜੇ, ਗੈਸ, ਉਹਨੂੰ ਆਪਾਂ ਕੀ ਕਹਾਂਗੇ, ਜ਼ੋਰ ਉੱਡਣ ਕਿਰਿਆ। ਜਾਂ ਫਿਰ ਇਸਦੇ ਉਲਟਾ, ਗੈਸ ਤੋਂ ਸਿੱਧਾ ਕੀ ਬਣ ਜੇ, ਬਰਫ਼, ਤਰਲ ਨਾ ਬਣੇ ਸਿੱਧਾ ਬਰਫ਼ ਬਣ ਜੇ, ਉਹਨੂੰ ਆਪਾਂ ਕੀ ਕਹਾਂਗੇ, ਸਬਲੀਮੇਸ਼ਨ, ਜ਼ੋਰ ਉੱਡਣ ਕਿਰਿਆ। ਫਿਰ ਤੋਂ ਰਿਪੀਟ ਕਰ ਦੇਣਾ ਜੀ ਡੈਫੀਨੇਸ਼ਨ, ਜਦੋਂ ਕੋਈ ਠੋਸ ਪਦਾਰਥ ਦ੍ਰਵ ਵਿੱਚ ਬਦਲੇ ਬਿਨਾਂ ਗੈਸ ਅਵਸਥਾ ਵਿੱਚ ਬਦਲ ਜਾਵੇ ਜਾਂ ਗੈਸੀ ਅਵਸਥਾ ਤੋਂ ਸਿੱਧਾ ਠੋਸ ਬਣ ਜਾਵੇ ਤਾਂ ਉਸ ਨੂੰ ਆਪਾਂ ਕੀ ਕਹਾਂਗੇ, ਜ਼ੋਰ ਉੱਡਣ ਕਿਰਿਆ। ਮੋਸਟ ਇੰਪੋਰਟੈਂਟ ਹੈ, ਤੁਸੀਂ ਯਾਦ ਕਰ ਲੈਣਾ ਜੀ, ਜ਼ੋਰ ਉੱਡਣ ਕਿਰਿਆ। ਬਾਕੀ ਇਹਦੇ ਉੱਤੇ ਜਿਹੜੇ ਕੁਸ਼ਚਨ ਆਉਣਗੇ ਉਹਦੇ ਨਾਲ ਆਪਾਂ ਹੋਰ ਐਕਸਪਲੇਨ ਕਰ ਦਾਂਗੇ, ਅਤੇ ਇਹਦੀ ਐਗਜ਼ਾਮਪਲ ਵੀ ਤੁਹਾਨੂੰ ਦੱਸਾਂਗੇ ਅੱਗੇ ਕਿ ਕਿਹੜੀਆਂ ਕਿਹੜੀਆਂ ਇਹਦੀਆਂ ਐਗਜ਼ਾਮਪਲ ਨੇ ਜਿਹੜੀਆਂ ਸਿੱਧੀਆਂ ਇੱਕ ਅਵਸਥਾ ਤੋਂ ਜਿਹੜੀ ਤੀਜੀ ਅਵਸਥਾ ਵਿੱਚ ਆ ਜਾਂਦੀ। ਨੈਕਸਟ ਜਿਹੜੀ ਇੰਪੋਰਟੈਂਟ ਡੈਫੀਨੇਸ਼ਨ ਹੈਗੀ ਹੈ ਉਹ ਹੈਗੀ ਹੈ ਪਿੰਗਲਨ ਦੀ ਗੁਪਤ ਤਾਪ ਊਰਜਾ। ਨੈਕਸਟ ਜਿਹੜੀ ਡੈਫੀਨੇਸ਼ਨ ਆਉਂਦੀ ਹੈ ਪਿੰਗਲਨ ਦੀ ਗੁਪਤ ਤਾਪ ਊਰਜਾ, ਪਿੰਗਲਨ ਦੀ ਗੁਪਤ ਤਾਪ ਊਰਜਾ। ਹੁਣ ਇਹਨੂੰ ਸਮਝੋ ਕੀ ਹੈਗਾ, ਇਹ ਤਾਪ ਦੀ ਉਹ ਮਾਤਰਾ ਹੈ ਜੋ ਪਦਾਰਥ ਦੇ ਪੁੰਜ ਨੂੰ ਬਿਨਾਂ ਤਾਪਮਾਨ ਦੇ ਵਾਧੇ ਠੋਸ ਅਵਸਥਾ ਤੋਂ ਦ੍ਰਵ ਅਵਸਥਾ ਵਿੱਚ ਬਦਲਣ ਦੀ ਕੋਸ਼ਿਸ਼ ਕਰੇ। ਕਿ ਇਹ ਤਾਪ ਦੀ ਉਹ ਮਾਤਰਾ ਹੈ ਕਿ ਆਪਾਂ ਨੂੰ ਤਾਪ ਬਸ ਓਨੀ ਮਾਤਰਾ ਵਿੱਚ ਹੀ ਚਾਹੀਦਾ, ਬਿਲਕੁਲ ਥੋੜ੍ਹੀ ਕੁਆਂਟਿਟੀ 'ਚ ਤਾਪ ਦੀ ਮਾਤਰਾ ਸਾਨੂੰ ਚਾਹੀਦੀ ਹੈ, ਜਿਸ ਵਿੱਚ ਕੀ ਹੈ ਕਿ ਪਦਾਰਥ, ਜਿਵੇਂ ਕੋਈ ਪਦਾਰਥ ਹੈਗਾ, ਜਿਵੇਂ ਬਰਫ਼ ਹੀ ਮੰਨ ਲਈਏ, ਬਰਫ਼ ਹੈਗਾ, ਅਤੇ ਬਰਫ਼ ਦਾ ਆਪਾਂ ਨੂੰ ਪਤਾ ਹੈ ਕਹਿੰਦਾ ਕੁਝ ਨਾ ਕੁਝ ਪੁੰਜ ਹੋਵੇਗਾ, ਪੁੰਜ ਹੋਵੇਗਾ। ਅਤੇ ਕੀ ਹੈ ਪਿੰਗਲਨ ਦੀ ਗੁਪਤ ਤਾਪ ਊਰਜਾ ਕੀ ਹੁੰਦੀ ਹੈ, ਕਿ ਪਦਾਰਥ ਦੇ ਪੁੰਜ ਨੂੰ ਬਿਨਾਂ ਤਾਪ ਵਾਧੇ ਦੇ, ਮਤਲਬ ਇਹਨੂੰ ਤਾਪ ਦੇ ਕੇ ਇਹਦਾ ਪੁੰਜ ਬਿਲਕੁਲ ਨਹੀਂ ਬਦਲਣਾ, ਅਤੇ ਇਹ ਕੀ ਹੋ ਜਾਵੇ, ਠੋਸ ਅਵਸਥਾ ਤੋਂ ਦ੍ਰਵ ਅਵਸਥਾ ਵਿੱਚ ਬਦਲ ਜਾਵੇ, ਦ੍ਰਵ, ਉਹਨੂੰ ਆਪਾਂ ਕੀ ਕਹਾਂਗੇ, ਪਿੰਗਲਨ ਦੀ ਗੁਪਤ ਤਾਪ ਊਰਜਾ। ਕਹਿਣ ਦਾ ਮਤਲਬ ਹੈਗਾ ਕਿ ਜਿਵੇਂ ਬਰਫ਼ ਹੈਗੀ, ਬਰਫ਼ ਜਿਵੇਂ 0°C 'ਤੇ ਜੰਮੀ ਹੈ, ਅਤੇ ਆ ਜਿਵੇਂ 4°C 'ਤੇ ਪਿੰਗਲਿੰਗ ਸਟਾਰਟ ਹੋ ਗਈ, ਮਤਲਬ ਕਿ ਤਰਲ ਅਵਸਥਾ ਵਿੱਚ ਆਉਣ ਲੱਗੇ ਅਤੇ ਮੋਲੀਕਿਊਲ ਜਿਹੜੇ, ਉਸ ਤੋਂ ਬਾਅਦ ਜਿਵੇਂ ਆਪਾਂ ਟੈਂਪਰੇਚਰ ਹੋਰ ਵਧਾ ਦਈਏ ਜਿਵੇਂ 5°C ਹੋ ਗਈ, ਕਿਉਂਕਿ 4 'ਤੇ ਤਾਂ ਇਹਦੀ ਕੀ ਹੈ ਸਭ ਤੋਂ ਜ਼ਿਆਦਾ ਘਣਤਾ ਹੁੰਦੀ, ਘਣਤਾ ਹੋਵੇਗੀ ਤਾਂ ਮੋਲੀਕਿਊਲ ਜ਼ਿਆਦਾ ਜ਼ਿਆਦਾ ਕਲੋਜ਼ ਹੋਣ। ਆਪਾਂ ਗੱਲ ਕਰ ਲਈਏ 5°, ਅਤੇ ਉਹ ਜਿਹੜੀ ਊਰਜਾ ਦੀ ਮਾਤਰਾ ਜਿਹੜੀ ਠੋਸ ਤੋਂ ਦ੍ਰਵ ਅਵਸਥਾ ਵਿੱਚ ਬਦਲੇ, ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਪਿੰਗਲਨ ਦੀ ਗੁਪਤ ਤਾਪ ਊਰਜਾ। ਕਿ ਥੋੜ੍ਹੀ ਮਾਤਰਾ ਵਿੱਚ ਊਰਜਾ ਲੈ ਕੇ ਜਿਹੜੀ ਠੋਸ ਤੋਂ ਤਰਲ ਅਵਸਥਾ ਵਿੱਚ ਬਦਲ ਜਾਵੇ। ਇਸੇ ਤਰ੍ਹਾਂ ਇੰਪੋਰਟੈਂਟ ਤੁਸੀਂ ਨੋਟ ਕਰਨਾ ਕਿ ਬਰਫ਼ ਦਾ ਜਿਹੜਾ ਪਿੰਗਲਨ ਦੀ ਗੁਪਤ ਤਾਪ ਊਰਜਾ ਕਿੰਨੀ ਹੁੰਦੀ ਹੈ।
ਬਰਫ਼ ਦੀ ਪਿਘਲਣ ਦੀ ਗੁਪਤ ਤਾਪ ਊਰਜਾ ਆ ਹੁੰਦੀ ਹੈ ਜੀ 80 ਕੈਲਰੀ ਪਰ ਗ੍ਰਾਮ, 80 ਕੈਲਰੀ ਪਰ ਗ੍ਰਾਮ ਜਾਂ ਫਿਰ 80 ਕਿਲੋ ਕੈਲਰੀ ਪਰ ਕਿਲੋਗ੍ਰਾਮ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ, ਬਰਫ਼ ਦੀ ਪਿਘਲਣ ਦੀ ਗੁਪਤ ਤਾਪ ਊਰਜਾ ਕੀ ਹੁੰਦੀ ਹੈ? 80 ਕੈਲਰੀ ਪਰ ਗ੍ਰਾਮ ਜਾਂ ਫਿਰ ਕਿਲੋ 'ਚ ਮੇਜ਼ਰ ਕਰੀਏ ਤਾਂ 80 ਕਿਲੋ ਕੈਲਰੀ ਪਰ ਕਿਲੋਗ੍ਰਾਮ, ਇਹ ਹੁੰਦੀ ਹੈ ਬਰਫ਼ ਦੀ ਪਿਘਲਣ ਗੁਪਤ ਤਾਪ ਊਰਜਾ। ਨੈਕਸਟ ਆਪਾਂ ਪੜ੍ਹਦੇ ਹਾਂ ਵਾਸ਼ਪਣ ਦੀ ਗੁਪਤ ਤਾਪ ਊਰਜਾ, ਆਹ ਵੀ ਇੰਪੋਰਟੈਂਟ ਸੀ ਅਤੇ ਜਿਹੜਾ ਆਪਾਂ ਹੁਣ ਕਰਾਂਗੇ ਨੈਕਸਟ ਡੈਫੀਨੇਸ਼ਨ ਉਹ ਵੀ ਇੰਪੋਰਟੈਂਟ ਹੈਗੀ। ਨੈਕਸਟ ਡੈਫੀਨੇਸ਼ਨ ਆ ਜਾਂਦੀ ਹੈ ਜੀ ਵਾਸ਼ਪਣ, ਵਾਸ਼ਪਣ ਦੀ ਗੁਪਤ ਤਾਪ ਊਰਜਾ, ਇੰਗਲਿਸ਼ 'ਚ ਕਹਿ ਦਿੰਦੇ ਆ ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ, ਲੇਟੈਂਟ ਹੀਟ ਆਫ ਵੇਪੋਰਾਈਜੇਸ਼ਨ ਕੀ ਵਾਸ਼ਪਣ ਦੀ ਗੁਪਤ ਤਾਪ ਊਰਜਾ। ਹੁਣ ਵੇਖੋ ਪਿੱਛੇ ਆਪਾਂ ਪੜ੍ਹੀ ਸੀ, ਪਿੱਛੇ ਆਪਾਂ ਪੜ੍ਹੀ ਸੀ ਪਿਘਲਣ ਦੀ ਗੁਪਤ ਤਾਪ ਊਰਜਾ, ਹੁਣ ਪੜ੍ਹਾਂਗੇ ਵਾਸ਼ਪਣ ਦੀ ਗੁਪਤ ਤਾਪ ਊਰਜਾ। ਤੁਸੀਂ ਇੱਕ ਵਰਡ ਜਿਹੜਾ ਨੋਟ ਕੀਤਾ ਹੋਣਾ ਗੁਪਤ, ਗੁਪਤ ਤੋਂ ਕੀ ਪਤਾ ਲੱਗਦਾ ਹੈ? ਛੁਪੀ ਹੋਈ, ਛੁਪੀ ਹੋਈ, ਕਿ ਜਿਹੜੀ ਛੁਪੀ ਹੋਈ ਤਾਪ ਊਰਜਾ ਉਹ ਆਪਾਂ ਪਤਾ ਕਰਨੀ ਹੈ ਵਾਸ਼ਪਣ ਦੀ। ਹੁਣ ਇੱਕ ਤੁਹਾਨੂੰ ਇੱਥੇ ਐਗਜ਼ਾਮਪਲ ਨਾਲ ਤੁਹਾਨੂੰ ਦੱਸਾਂਗਾ, ਜਿਵੇਂ ਕੋਈ ਬਿੱਕਰ ਲਿੱਤਾ ਮੈਂ ਅਤੇ ਬਿੱਕਰ ਵਿੱਚ ਪਾਣੀ ਪਾਣੀ ਪਾਇਆ, ਹੇਠਾਂ ਇਹਦੇ ਬਰਨਰ ਲਾਇਆ, ਬਿੱਕਰ ਵਿੱਚ ਪਾਣੀ ਹੈਗਾ ਜਿਵੇਂ, ਇੱਥੇ ਲੇਵਲ ਲਾ ਦਈਏ ਇੰਨਾ ਕੁ ਪਾਣੀ ਹੈਗਾ ਸੀ ਅਤੇ ਥੱਲੋਂ ਮੈਂ ਇਹਨੂੰ ਹੀਟ ਦੇਣੀ ਸਟਾਰਟ ਕਰਤੀ, ਆਏਗਾ ਪਾਣੀ, ਹੀਟ ਦੇਣੀ ਸਟਾਰਟ ਕਰਤੀ ਅਤੇ ਹੌਲੀ ਹੌਲੀ ਜਿਹੜਾ ਇਹਦਾ ਟੈਂਪਰੇਚਰ ਹੈ ਜਿਹੜਾ ਵੱਧਦਾ ਜਾਵੇਗਾ। ਅਤੇ ਪਹਿਲਾਂ ਟੈਂਪਰੇਚਰ ਜਿਵੇਂ 70 ਡਿਗਰੀ ਸੈਲਸੀਅਸ ਸੀ, ਮੈਂ ਹੋਰ ਹੀਟ ਵਧਾਤੀ ਇਹਦੀ ਅਤੇ ਇਹਦੇ 'ਚ ਮੈਂ ਕੀ ਕਰਿਆ ਥਰਮਾਮੀਟਰ ਪਾ ਕੇ ਵੇਖਿਆ, ਪਹਿਲਾਂ ਇਹਦੇ ਵਿੱਚ ਥਰਮਾਮੀਟਰ ਇਸ ਤਰ੍ਹਾਂ ਥਰਮਾਮੀਟਰ ਪਾ ਕੇ ਵੇਖਿਆ ਕਿ ਟੈਂਪਰੇਚਰ ਕਿੰਨਾ ਹੈ, ਤਾਂ ਟੈਂਪਰੇਚਰ ਇਹਦਾ ਸ਼ੋਅ ਕਰਿਆ ਸੀ 70 ਡਿਗਰੀ ਸੈਲਸੀਅਸ। ਉਸ ਤੋਂ ਬਾਅਦ ਮੈਂ ਉਹ ਹੋਰ ਇਹਦੀ ਜਿਹੜੀ ਹੀਟ ਵਧਾਤੀ, ਹੀਟ ਵਧਾ ਕੇ ਜਿਹੜਾ ਇਹਦਾ ਟੈਂਪਰੇਚਰ ਮੈਂ ਕਰਤਾ ਉਹ ਹੋ ਗਿਆ 90 ਡਿਗਰੀ ਸੈਲਸੀਅਸ। 90 ਡਿਗਰੀ ਸੈਲਸੀਅਸ ਹੋ ਗਿਆ ਅਤੇ ਮੈਂ ਟੈਂਪਰੇਚਰ ਲਾ ਕੇ ਵੇਖਿਆ ਤਾਂ ਪਤਾ ਲੱਗਿਆ 90 ਡਿਗਰੀ ਸੈਲਸੀਅਸ ਹੋ ਗਿਆ ਅਤੇ ਹੋਰ ਜਿਹੜੀ ਮੈਂ ਹੀਟ ਵਧਾਤੀ ਉਹ ਤੋਂ ਬਾਅਦ ਹੁਣ ਟੈਂਪਰੇਚਰ ਹੋ ਗਿਆ ਇਹਦਾ 100 ਡਿਗਰੀ ਸੈਲਸੀਅਸ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਣੀ ਜਿਹੜਾ 100 ਡਿਗਰੀ ਸੈਲਸੀਅਸ 'ਤੇ ਕੀ ਹੋ ਜਾਂਦਾ, ਉਬਲਣਾ ਸਟਾਰਟ ਹੋ ਜਾਂਦਾ। ਹੁਣ ਪਾਣੀ ਉਬਲਣਾ ਸਟਾਰਟ ਹੋ ਗਿਆ ਅਤੇ ਮੈਂ ਹੋਰ ਹੀਟ ਵਧਾਤੀ, ਮੈਂ ਵੇਖਣਾ ਚਾਹੁੰਦਾ ਸੀ ਕਿ 100 ਡਿਗਰੀ ਤੋਂ ਜ਼ਿਆਦਾ ਜਿਹੜਾ ਉਹ ਥਰਮਾਮੀਟਰ ਸ਼ੋਅ ਕਿਉਂ ਨਹੀਂ ਕਰ ਰਿਹਾ। ਹੀਟ ਮੈਂ ਹੋਰ ਵਧਾਤੀ ਅਤੇ ਮੈਂ ਥਰਮਾਮੀਟਰ ਪਾ ਕੇ ਵੇਖਿਆ ਪਾਣੀ 'ਚ, ਤਾਂ ਥਰਮਾਮੀਟਰ 100 ਡਿਗਰੀ ਸੈਲਸੀਅਸ ਹੀ ਸ਼ੋਅ ਕਰ ਰਿਹਾ ਸੀ। ਮੈਂ ਫਿਰ ਹੋਰ ਹੀਟ ਵਧਾਈ, ਪਾਣੀ ਦਾ ਲੇਵਲ ਹੁਣ ਘੱਟ ਗਿਆ ਕਿਉਂਕਿ ਪਾਣੀ ਵਾਸ਼ਪ ਹੋ ਕੇ ਉੱਡਣ ਲੱਗ ਪਿਆ, ਹੁਣ ਪਾਣੀ ਦਾ ਲੇਵਲ ਘੱਟ ਗਿਆ, ਥੋੜ੍ਹਾ ਜਿਹਾ ਪਾਣੀ ਬਚ ਗਿਆ। ਫਿਰ ਮੈਂ ਚੈੱਕ ਕੀਤਾ ਥਰਮਾਮੀਟਰ ਲਾ ਕੇ, ਹਲੇ ਵੀ 100 ਡਿਗਰੀ ਸੈਲਸੀਅਸ ਹੀ ਸ਼ੋਅ ਕਰ ਰਿਹਾ ਸੀ। ਤਾਂ ਮੈਂ ਸੋਚਿਆ ਕਿ ਮੈਂ ਇੰਨੀ ਹੀਟ ਵਧਾਤੀ, ਲੱਕੜ ਹੋਰ ਲਿਆ ਕੇ ਜਿਵੇਂ ਅੱਗ ਉੱਗ ਲਾਤੀ, ਜਿਵੇਂ ਪਹਿਲਾਂ ਤਾਂ ਬਰਨਰ ਸੀ ਵੱਡੇ, ਲੱਕੜ ਲਿਆ ਕੇ ਮੈਂ ਅੱਗ ਬਾਲਣ ਲੱਗ ਗਿਆ ਕਿ ਮੈਂ ਵੇਖਦਾ ਕਿ ਥਰਮਾਮੀਟਰ ਟੈਂਪਰੇਚਰ ਜ਼ਿਆਦਾ ਕਿਉਂ ਨਹੀਂ ਸ਼ੋਅ ਕਰਿਆ। ਤਾਂ ਮੈਂ ਸੋਚਣ ਲੱਗ ਪਿਆ ਕਿ ਜਿਹੜੀ ਆਹ ਹੀਟ ਹੈਗੀ ਆ ਆਹ ਕਿੱਥੇ ਗਈ, ਇੰਨੀ ਜਿਹੜੀ ਤਾਪ ਊਰਜਾ ਹੈਗੀ ਸੀ ਉਹ ਕਿੱਥੇ ਗਈ, ਆ ਗੁਪਤ ਕਿੱਥੇ ਹੋ ਗਈ? ਤਾਂ ਆਹ ਗੁਪਤ ਹੋ ਰਹੀ ਸੀ ਜੀ ਵਾਸ਼ਪ ਵਿੱਚ, ਜਿਹੜੀ ਗੁਪਤ ਤਾਪ ਊਰਜਾ ਸੀ ਆਹ ਕਿੱਥੇ ਚਲੀ ਗਈ, ਵਾਸ਼ਪ 'ਚ, ਭਾਫ਼ 'ਚ। ਪਾਣੀ ਤਾਂ 100 ਡਿਗਰੀ ਸੈਲਸੀਅਸ 'ਤੇ ਉਬਲ ਰਿਹਾ ਸੀ ਪਰ ਜਿਹੜੀ ਬਾਕੀ ਦੀ ਹੀਟ ਜਿਹੜੀ ਮੈਂ ਥੱਲੋਂ ਦੇ ਰਿਹਾ ਸੀ ਉਹ ਚਲੀ ਗਈ ਸੀ ਭਾਫ਼ 'ਚ। ਕਹਿਣ ਦਾ ਮਤਲਬ ਹੈਗਾ ਕਿ ਪਾਣੀ ਨਾਲੋਂ ਭਾਫ਼ ਦਾ ਟੈਂਪਰੇਚਰ ਹੈਗਾ ਜਿਹੜਾ ਜ਼ਿਆਦਾ ਹੈਗਾ ਸੀ।
ਇੱਥੇ ਪਾਣੀ ਅਤੇ ਭਾਫ, ਪਾਣੀ ਨਾਲੋਂ ਭਾਫ ਦਾ ਟੈਂਪਰੇਚਰ ਜ਼ਿਆਦਾ ਹੈਗਾ ਸੀ ਅਤੇ ਜਿਹੜੀ ਗੁਪਤ ਊਸ਼ਮਾ ਕਿੱਥੇ ਚਲੀ ਗਈ ਸੀ? ਭਾਫ ਵਿੱਚ। ਇਹਨੂੰ ਕਹਿੰਦੇ ਨੇ ਜੀ ਵਾਸ਼ਪਣ ਦੀ ਗੁਪਤ ਤਾਪ ਊਰਜਾ, ਲੇਟੈਂਟ ਹੀਟ, ਮਤਲਬ ਛੁਪੀ ਹੋਈ ਹੀਟ ਆਫ ਵੈਪੋਰਾਈਜੇਸ਼ਨ ਆ ਗਈ, ਚਲੀ ਗਈ ਸੀ ਭਾਫ ਵਿੱਚ। ਇਹੀ ਕਾਰਨ ਹੈਗਾ ਜੀ, ਅੱਗੇ ਆਪਾਂ ਪੜ੍ਹਾਂਗੇ ਐਗਜ਼ਾਮਪਲ, ਜਿਵੇਂ ਰਸੋਈ ਵਿੱਚ ਤੁਸੀਂ ਵੇਖਿਆ ਜਿਵੇਂ ਕੁੱਕਰ ਦੀ ਸੀਟੀ ਵੱਜਦੀ ਹੈ, ਆਹ ਕੁੱਕਰ ਬਣਾ ਤਾ, ਸੀਟੀ ਵੱਜਦੀ ਹੈ ਜਿਵੇਂ ਆਪਾਂ ਖਾਣਾ ਤਿਆਰ ਹੋ ਜਾਂਦਾ, ਤਾਂ ਇਸ 'ਤੇ ਭਾਫ ਨਿਕਲਦੀ ਹੈ ਸੀਟੀ ਵਿੱਚ ਜਦੋਂ ਵੱਜਦੀ ਹੈ, ਤਾਂ ਇਸ ਕਈ ਵਾਰ ਕੀ ਹੁੰਦਾ ਸਾਡਾ ਹੱਥ ਹੈ ਜਿਹੜਾ ਜਲ ਜਾਂਦਾ ਭਾਫ ਦੇ ਕਾਰਨ। ਇੰਨਾ ਜਿਵੇਂ 100 ਡਿਗਰੀ ਸੈਲਸੀਅਸ 'ਤੇ ਪਾਣੀ ਗਰਮ ਹੁੰਦਾ ਉਹਦੇ ਨਾਲ ਨਹੀਂ ਜਲਦਾ ਜਿੰਨਾ ਸਾਡਾ ਹੱਥ ਹੈ ਜਿਹੜਾ ਭਾਫ ਨਾਲ ਜਲ ਜਾਂਦਾ। ਕਿਉਂ ਜਲ ਜਾਂਦਾ ਹੈ? ਕਿਉਂਕਿ ਭਾਫ ਦੇ ਅੰਦਰ ਕੀ ਹੁੰਦੀ ਹੈ? ਛੁਪੀ ਹੋਈ ਊਰਜਾ, ਜਿਹਨੂੰ ਕਹਿੰਦੇ ਨੇ ਲੇਟੈਂਟ ਹੀਟ ਆਫ ਵੈਪੋਰਾਈਜੇਸ਼ਨ। ਕਲੀਅਰ ਹੋ ਗਿਆ ਹੋਏਗਾ, ਅੱਗੇ ਆਪਾਂ ਹੋਰ ਵੀ ਐਗਜ਼ਾਮਪਲ ਪੜ੍ਹਾਂਗੇ ਇਸ ਨਾਲ ਰਿਲੇਟਡ। ਤਾਂ ਨੈਕਸਟ ਜਿਹੜੀ ਡੈਫੀਨੇਸ਼ਨ ਪੜ੍ਹਦੇ ਹਾਂ ਆਪਾਂ, ਉਹ ਹੈਗਾ ਸੰਗਲਨ ਦੀ ਗੁਪਤ ਤਾਪ ਊਰਜਾ। ਨੈਕਸਟ ਜਿਹੜੀ ਡੈਫੀਨੇਸ਼ਨ ਹੈਗੀ ਹੈ ਸੰਗਲਨ ਦੀ ਗੁਪਤ ਤਾਪ ਊਰਜਾ, ਇੰਗਲਿਸ਼ 'ਚ ਇਹਨੂੰ ਕਹਿੰਦੇ ਨੇ ਲੇਟੈਂਟ ਹੀਟ ਆਫ ਫਿਊਜ਼ਨ, ਲੇਟੈਂਟ ਹੀਟ ਆਫ ਫਿਊਜ਼ਨ। ਆਹ ਕੀ ਹੁੰਦੀ ਹੈ ਜੀ? ਵਾਯੂਮੰਡਲੀ ਦਬਾਵ 'ਤੇ ਉਹ ਨਿਸ਼ਚਿਤ ਤਾਪ, ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਜੀ, ਵਾਯੂਮੰਡਲੀ ਦਬਾਵ 'ਤੇ ਨਿਸ਼ਚਿਤ ਤਾਪ ਨੇ ਸੋਰੀ ਵਾਯੂਮੰਡਲੀ ਦਬਾਵ 'ਤੇ 1 ਕਿਲੋਗ੍ਰਾਮ ਠੋਸ ਨੂੰ ਉਸਦੇ ਪਿੰਗਲਨ ਦਰਜੇ 'ਤੇ ਦਰਵ ਵਿੱਚ ਬਦਲਣ ਲਈ ਜਿੰਨੀ ਤਾਪ ਦੀ ਸਾਨੂੰ ਲੋੜ ਹੁੰਦੀ ਹੈ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ? ਗੁਪਤ ਤਾਪ ਊਰਜਾ ਜਾਂ ਸੰਗਲਨ ਦੀ ਗੁਪਤ ਤਾਪ ਊਰਜਾ। 1 ਕਿਲੋ ਠੋਸ, 1 ਕਿਲੋ ਠੋਸ ਹੈ ਉਸਦਾ ਆਪਾਂ ਪਿਘਲਾਓ ਦਰਜੇ 'ਤੇ ਦਰਵ ਵਿੱਚ ਬਦਲਣਾ, ਕਿਹਦੇ 'ਚ ਬਦਲਣਾ? ਦਰਵ 'ਚ। 1 ਕਿਲੋ ਠੋਸ ਨੂੰ ਆਪਾਂ ਹੀਟ ਦੇ ਕੇ ਦਰਵ ਵਿੱਚ ਬਦਲਣਾ ਹੈ ਤਾਂ ਉਸ ਨੂੰ ਆਪਾਂ ਕੀ ਕਹਾਂਗੇ? ਸੰਗਲਨ ਦੀ ਗੁਪਤ ਤਾਪ ਊਰਜਾ, ਕਿ ਜਿੰਨੀ ਆਪਾਂ ਨੂੰ ਹੀਟ ਚਾਹੀਦੀ ਹੈ ਇੱਕ ਠੋਸ ਨੂੰ ਦਰਵ ਵਿੱਚ ਬਦਲਣ ਲਈ, ਉਹਨੂੰ ਆਪਾਂ ਕੀ ਕਹਾਂਗੇ? ਸੰਗਲਨ ਦੀ ਗੁਪਤ ਤਾਪ ਊਰਜਾ। ਨੈਕਸਟ ਪੜ੍ਹਦੇ ਹਾਂ ਬੋਇਲਿੰਗ ਪੁਆਇੰਟ। ਬੋਇਲਿੰਗ ਪੁਆਇੰਟ, ਉਬਾਲ ਦਰਜਾ। ਉਬਾਲ ਦਰਜਾ ਕੀ ਹੁੰਦਾ ਜੀ? ਵਾਯੂਮੰਡਲੀ ਦਬਾਵ 'ਤੇ ਉਹ ਨਿਸ਼ਚਿਤ ਤਾਪਮਾਨ ਜਿਸ ਉੱਪਰ ਕੀ ਹੈ ਇੱਕ ਦਰਵ ਉਬਲਣ ਲੱਗ ਜਾਂਦਾ, ਉਬਲਣਾ ਸ਼ੁਰੂ ਹੋ ਜਾਂਦਾ। ਵਾਯੂਮੰਡਲੀ ਦਬਾਵ 'ਤੇ ਉਹ ਨਿਸ਼ਚਿਤ ਤਾਪਮਾਨ ਕਿ ਉਹ ਜਿਹੜਾ ਨਿਸ਼ਚਿਤ ਤਾਪਮਾਨ ਜਿਸ ਉੱਤੇ ਦਰਵ ਜਿਹੜਾ ਉਬਲਣਾ ਸਟਾਰਟ ਹੋ ਜਾਂਦਾ ਹੈ ਉਸਨੂੰ ਆਪਾਂ ਕੀ ਕਹਾਂਗੇ? ਬੋਇਲਿੰਗ ਪੁਆਇੰਟ। ਜਿਵੇਂ ਪਾਣੀ ਹੈ, ਪਾਣੀ ਦਾ ਜਿਹੜਾ ਉਬਾਲ ਦਰਜਾ ਆਪਾਂ ਨੂੰ ਪਤਾ 100 ਡਿਗਰੀ ਸੈਲਸੀਅਸ, ਉਹਨੇ ਆਪਾਂ ਐਗਜ਼ਾਮਪਲ ਕੀਤੀ ਸੀ ਕਿ ਪਾਣੀ ਜਿਹੜਾ 100 ਡਿਗਰੀ 'ਤੇ ਉਬਲਣਾ ਸਟਾਰਟ ਹੋ ਜਾਂਦਾ ਉਹ ਨਿਸ਼ਚਿਤ ਟੈਂਪਰੇਚਰ ਜਿਹਦੇ ਉੱਤੇ ਜਿਹੜਾ ਦਰਵ ਹੈਗਾ ਉਬਲਣਾ ਸਟਾਰਟ ਹੋ ਜਾਂਦਾ ਉਹਨੂੰ ਆਪਾਂ ਕੀ ਕਹਾਂਗੇ? ਬੋਇਲਿੰਗ ਪੁਆਇੰਟ। ਜਿਵੇਂ ਪਾਣੀ ਦਾ ਬੋਇਲਿੰਗ ਪੁਆਇੰਟ ਤੁਹਾਡੇ ਕੋਲੋਂ ਪੁੱਛ ਲਿਆ ਜਾਵੇ ਤਾਂ ਤੁਸੀਂ ਕਹੋਗੇ 100 ਡਿਗਰੀ ਸੈਲਸੀਅਸ। ਨੈਕਸਟ ਪੜ੍ਹਦੇ ਹਾਂ, ਨੈਕਸਟ ਹੈਗਾ ਵਾਸ਼ਪੀਕਰਨ। ਵਾਸ਼ਪੀਕਰਨ ਨੈਕਸਟ ਡੈਫੀਨੇਸ਼ਨ ਹੈਗਾ ਵਾਸ਼ਪੀਕਰਨ, ਜਿਹਨੂੰ ਇੰਗਲਿਸ਼ 'ਚ ਕਹਿੰਦੇ ਨੇ ਇਵੇਪੋਰੇਸ਼ਨ। ਇਵੇਪੋਰੇਸ਼ਨ, ਵਾਸ਼ਪੀਕਰਨ ਕੀ ਹੁੰਦਾ ਹੈ? ਕਿ ਕਿਸੇ ਵੀ ਤਾਪ 'ਤੇ ਕਿਸੇ ਦਰਵ 'ਤੇ ਖੁੱਲ੍ਹੀ ਸਤਹਿ ਤੋਂ ਵਾਸ਼ਪਾਂ ਵਿੱਚ ਬਦਲਣਾ, ਕਿਸੇ ਵੀ ਤਾਪ 'ਤੇ ਕਿਸੇ ਦਰਵ ਦੀ ਖੁੱਲ੍ਹੀ ਸਤਹਿ 'ਤੇ ਵਾਸ਼ਪਾਂ ਵਿੱਚ ਬਦਲਣਾ ਉਹਨੂੰ ਆਪਾਂ ਕੀ ਕਹਾਂਗੇ? ਵਾਸ਼ਪੀਕਰਨ। ਜਾਂ ਸਿੰਪਲ ਭਾਸ਼ਾ 'ਚ ਕਹਿ ਲਈਏ ਜਿਵੇਂ ਪਾਣੀ ਹੈਗਾ ਸੀ, ਆਹ ਜਿਹੜੀ 99 ਡਿਗਰੀ 'ਤੇ ਕੀ ਹੈਗਾ ਸੀ, ਆ ਗਰਮ ਹੋ ਰਿਹਾ ਸੀ, ਉਸ ਤੋਂ ਬਾਅਦ ਜਿਹੜਾ ਮੈਂ ਟੈਂਪਰੇਚਰ ਇਹਦਾ ਕਰਤਾ 100 ਡਿਗਰੀ ਸੈਲਸੀਅਸ, ਉਸ ਤੋਂ ਬਾਅਦ ਇਹ ਉਬਲਣਾ ਸਟਾਰਟ ਹੋ ਗਿਆ। ਪਰ ਕੀ ਹੈ, 99 ਤੱਕ ਕੀ ਆ ਵਾਸ਼ ਬਣਨਾ ਸਟਾਰਟ ਹੋ ਗਿਆ ਸੀ, ਉਸ ਤੋਂ ਪਹਿਲਾਂ ਵੀ ਹੋ ਗਿਆ ਸੀ
ਵਾਸ਼ ਬਣ ਕੇ ਉੱਡ ਰਿਹਾ ਸੀ, ਕਿਉਂਕਿ ਉਬਲਣਾ ਸਟਾਰਟ ਤਾਂ 100 ਡਿਗਰੀ 'ਤੇ ਹੁੰਦਾ, ਉਸ ਤੋਂ ਪਹਿਲਾਂ ਕੀ ਹੈ ਵਾਸ਼ ਬਣ ਕੇ ਉੱਡਣਾ ਸਟਾਰਟ ਹੋ ਗਿਆ ਧੀਰੇ ਧੀਰੇ। ਤਾਂ ਉਹਨੂੰ ਕੀ ਕਹਾਂਗੇ ਆਪਾਂ, ਵਾਸ਼ਪੀਕਰਨ, ਕਿ ਕਿਸੇ ਵੀ ਤਾਪ 'ਤੇ ਕਿਸੇ ਦਰਵ ਦੀ ਖੁੱਲ੍ਹੀ ਸਤਹਿ ਤੋਂ ਵਾਸ਼ਪਾਂ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਾਂਗੇ, ਵਾਸ਼ਪੀਕਰਨ। ਉਸ ਤੋਂ ਬਾਅਦ ਡੈਫੀਨੇਸ਼ਨ ਆਉਂਦੀ ਹੈ ਡਰਾਈ ਆਈਸ ਦੀ। ਡਰਾਈ ਆਈਸ, ਡਰਾਈ ਆਈਸ ਪੰਜਾਬੀ 'ਚ ਕਹਿੰਦੇ ਹੈ ਖੁਸ਼ਕ ਬਰਫ਼। ਤਾਂ ਡਰਾਈ ਆਈਸ ਕੀ ਹੁੰਦਾ ਹੈ, ਸਿੱਧਾ ਕੁਐਸਚਨ ਬਣੇਗਾ, ਠੋਸ ਕਾਰਬਨ ਡਾਈਆਕਸਾਈਡ ਨੂੰ, ਠੋਸ ਕਾਰਬਨ ਡਾਈਆਕਸਾਈਡ ਇਹਨੂੰ ਕੀ ਕਹਿੰਦੇ ਨੇ, ਖੁਸ਼ਕ ਬਰਫ਼। ਠੋਸ ਕਾਰਬਨ ਡਾਈਆਕਸਾਈਡ ਦੇ ਖੁਸ਼ਕ ਰੂਪ ਨੂੰ ਕੀ ਕਹਿੰਦੇ ਨੇ ਜੀ, ਡਰਾਈ ਆਈਸ। ਆਹ ਕੁਐਸਚਨ ਸਿੱਧਾ ਬਣੇਗਾ ਜੀ। ਨੈਕਸਟ ਪੜ੍ਹਦੇ ਹਾਂ ਜੀ, ਐਲ ਪੀ ਜੀ। ਐਲ ਪੀ ਜੀ ਲਿਕੁਈਫਾਈ ਪੈਟਰੋਲੀਅਮ ਗੈਸ। ਐਲ ਪੀ ਜੀ ਕੀ ਹੁੰਦੀ ਹੈ ਜੀ, ਉੱਚ ਦਬਾਅ 'ਤੇ ਬਿਊਟੇਨ ਨੂੰ ਨਿਪੀੜ ਕੇ ਬਾਲਣ ਦੇ ਰੂਪ 'ਚ ਵਰਤੀ ਜਾਣ ਵਾਲੀ ਗੈਸ ਨੂੰ ਕੀ ਕਹਾਂਗੇ, ਐਲ ਪੀ ਜੀ। ਉੱਚ ਦਬਾਅ 'ਚ ਬਿਊਟੇਨ ਨੂੰ ਨਿਪੀੜ ਕੇ ਬਾਲਣ ਦੇ ਰੂਪ 'ਚ ਵਰਤੇ ਜਾਣ ਵਾਲੀ ਗੈਸ ਨੂੰ ਕੀ ਕਹਾਂਗੇ, ਐਲ ਪੀ ਜੀ। ਜਿਹੜੇ ਘਰਾਂ ਵਿੱਚ ਆਪਾਂ ਯੂਜ਼ ਕਰਦੇ ਨੇ ਉਹਦੇ ਵਿੱਚ ਕਿਹੜੀਆਂ ਗੈਸਾਂ ਮਿਕਸ ਹੁੰਦੀਆਂ ਨੇ, ਬਿਊਟੇਨ ਅਤੇ ਪ੍ਰੋਪੇਨ। ਬਿਊਟੇਨ ਅਤੇ ਪ੍ਰੋਪੇਨ ਜਿਹੜੀ ਸਿਲੰਡਰ ਵਿੱਚ ਯੂਜ਼ ਹੁੰਦੀ ਹੈ, ਅਤੇ ਇੱਕ ਹੋਰ ਏਜੰਟ ਹੈ, ਏਜੰਟ ਦੇ ਰੂਪ ਵਿੱਚ ਯੂਜ਼ ਹੁੰਦਾ ਹੈ, ਗੰਧਕ ਦੇ ਰੂਪ ਵਿੱਚ, ਜਿਹੜੀ ਆਪਾਂ ਨੂੰ ਗੰਧ ਦਿੰਦਾ ਹੈ, ਜਿਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਗੈਸ ਹੈ ਜਿਹੜਾ ਲੀਕ ਹੋ ਰਿਹਾ। ਉਹਦਾ ਜਿਹੜਾ ਨਾਂ ਹੈ ਤੁਸੀਂ ਵੀਡੀਓ ਦੇ ਕਮੈਂਟ ਬੋਕਸ 'ਚ ਦੱਸਣਾ। ਤੁਹਾਡੇ ਲਈ ਕੁਐਸਚਨ ਹੈਗਾ ਛੋਟਾ ਜਿਹਾ, ਕਿ ਐਲ ਪੀ ਜਿਹੜਾ ਗੈਸ ਸਿਲੰਡਰ ਹੁੰਦਾ ਉਹਦੇ ਵਿੱਚ ਬਿਊਟੇਨ ਪ੍ਰੋਪੇਨ ਆਪਾਂ ਯੂਜ਼ ਕਰਦੇ ਹਾਂ ਬਾਲਣ ਦੇ ਰੂਪ ਵਿੱਚ, ਅਤੇ ਇੱਕ ਏਜੰਟ ਜਿਹੜਾ ਆਪਾਂ ਯੂਜ਼ ਕਰਦੇ ਹਾਂ ਗੰਧ ਦੇ ਰੂਪ ਵਿੱਚ, ਜਿਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਗੈਸ ਸਿਲੰਡਰ ਲੀਕ ਹੋ ਰਿਹਾ। ਬਾਕੀ ਇਹਨਾਂ ਵਿੱਚ ਕੋਈ ਗੰਧ ਨਹੀਂ ਆਉਂਦੀ, ਅਤੇ ਪਤਾ ਲੱਗੇ ਇਸ ਲਈ ਆਪਾਂ ਇੱਕ ਏਜੰਟ ਯੂਜ਼ ਕਰਦੇ ਹਾਂ, ਉਹ ਤੁਸੀਂ ਕਮੈਂਟ ਬੋਕਸ 'ਚ ਦੱਸਣਾ ਹੈ ਕਿ ਉਸ ਏਜੰਟ ਦਾ ਨਾਂ ਕੀ ਹੈ। ਨੈਕਸਟ ਆਉਂਦਾ ਜੀ ਸੀ ਐਨ ਜੀ। ਸੀ ਐਨ ਜੀ ਕੰਪਰੈਸਡ ਨੈਚੁਰਲ ਗੈਸ। ਉੱਚ ਦਬਾਅ 'ਤੇ ਪ੍ਰਾਕਿਰਤਿਕ ਗੈਸ ਨੂੰ ਨਪੀੜ ਕੇ ਵਾਹਨਾਂ ਨੂੰ ਚਲਾਉਣ ਲਈ ਬਾਲਣ ਦੇ ਰੂਪ 'ਚ ਵਰਤੀ ਜਾਂਦੀ। ਸੀ ਐਨ ਜੀ ਨਾਂ ਲਿਖ ਦਿੰਦਾ ਜੀ, ਕੰਪਰੈਸ ਨੈਚੁਰਲ ਗੈਸ। ਪ੍ਰਾਕਿਰਤਿਕ ਗੈਸ ਨੂੰ ਨਪੀੜ ਕੇ ਵਾਹਨਾਂ ਨੂੰ ਚਲਾਉਣ ਲਈ ਬਾਲਣ ਦੇ ਰੂਪ 'ਚ ਵਰਤੀ ਜਾਂਦੀ ਹੈ ਸੀ ਐਨ ਜੀ। ਹਾਂਜੀ, ਨੈਕਸਟ ਆਪਾਂ ਕੁਝ ਕੁਐਸਚਨ ਲਵਾਂਗੇ ਅਤੇ ਉਹਦੇ ਨਾਲ ਜਿਹੜੇ ਬਾਕੀ ਕੋਨਸੈਪਟ ਆ ਜਿਹੜੇ ਕਲੀਅਰ ਹੈ ਕਰਦੇ ਜਾਵਾਂਗੇ। ਸਾਡਾ ਫਸਟ ਕੁਐਸਚਨ ਹੈਗਾ, ਗਰਮਾ ਗਰਮ ਭੋਜਨ ਦੀ ਮਹਿਕ 23 ਮੀਟਰ ਦੂਰ ਤੋਂ ਤੁਹਾਡੇ ਕੋਲ ਪਹੁੰਚ ਜਾਂਦੀ ਹੈ, ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸਦੇ ਕੋਲ ਜਾਣਾ ਪੈਂਦਾ। ਇਹ ਕਿਉਂ ਹੁੰਦਾ, ਹੁਣ ਵੇਖਦੇ ਹਾਂ ਐਗਜ਼ਾਮਪਲ ਨਾਲ। ਦੋ ਤਰ੍ਹਾਂ ਦੇ ਜਿਹੜੇ ਖਾਣੇ ਇੱਥੇ ਬਣਾਏ ਨੇ ਆਪਾਂ, ਆ ਹੈਗਾ ਗਰਮ ਅਤੇ ਆ ਹੈਗਾ ਜੀ ਠੰਡਾ। ਹੁਣੇ ਆਪਾਂ ਪਿੱਛੇ ਪੜਿਆ ਸੀ ਜਿਵੇਂ ਪਾਣੀ ਨੂੰ ਗਰਮ ਕਰ ਰਹੇ ਹਾਂ ਆਪਾਂ, ਪਾਣੀ ਵਿੱਚ ਕੀ ਹੁੰਦੇ ਨੇ ਮੋਲੀਕਿਊਲਸ। ਕੋਈ ਵੀ ਪਦਾਰਥ ਹੈ ਉਹ ਕਿਹਦੇ ਨਾਲ ਬਣਿਆ ਹੁੰਦਾ, ਛੋਟੇ ਛੋਟੇ ਮੋਲੀਕਿਊਲਸ ਨਾਲ ਬਣਿਆ ਹੁੰਦਾ, ਛੋਟੇ ਛੋਟੇ ਐਟਮ ਨਾਲ ਬਣਿਆ ਹੁੰਦਾ। ਜਿਵੇਂ ਹੀ ਆਪਾਂ ਇਸਨੂੰ ਹੀਟ ਦੇਵਾਂਗੇ ਇਹਦੀ ਜਿਹੜੀ ਕਾਇਨੈਟਿਕ ਐਨਰਜੀ ਹੈ ਉਹ ਵਧੇਗੀ, ਮੋਲੀਕਿਊਲਸ ਦੂਰ ਦੂਰ ਤੱਕ ਮੂਵ ਕਰਨਗੇ, ਅਤੇ ਆ ਜਿਹੜਾ ਤਰਲ ਤੋਂ ਕੀ ਬਣਨਾ ਸਟਾਰਟ ਹੋ ਜਾਵੇਗਾ, ਗੈਸ। ਜਿਵੇਂ ਇਸਦੀ ਹੀਟ ਆਪਾਂ ਹੋਰ ਇਨਕਰੀਜ਼ ਕਰਾਂਗੇ ਤਾਂ ਇਹਨਾਂ ਵਿੱਚ ਜਿਹੜੀ ਵਿਸਰਣ ਹੁੰਦਾ ਜਿਹੜਾ ਮੋਲੀਕਿਊਲਸ ਦਾ ਉਹ ਵੀ ਵਧੇਗਾ, ਇੱਕ ਥਾਂ ਤੋਂ ਦੂਜੀ ਥਾਂ ਜਾਣਾ ਵਿਸਰਣ ਜਿਹੜਾ ਉਹ ਵੀ ਵਧੇਗਾ, ਅਤੇ ਮੋਲੀਕਿਊਲਸ ਦੀ ਜਿਹੜੀ ਗਤੀ ਊਰਜਾ ਉਹ ਵੀ ਵਧੇਗੀ, ਇੱਕ ਥਾਂ ਤੋਂ ਦੂਜੀ ਥਾਂ ਈਜ਼ੀਲੀ ਮੂਵ ਕਰਨਗੇ ਹੀਟ ਦੇ ਨਾਲ। ਇਸੇ ਤਰ੍ਹਾਂ ਹੀ ਆ ਜਿਹੜਾ ਕੁਐਸਚਨ ਹੈਗਾ ਸੀ ਕਿ ਗਰਮ ਖਾਣੇ ਦੀ ਮਹਿਕ, ਜਿਵੇਂ ਇੱਥੇ ਕੋਈ ਬੰਦਾ ਖੜਾ ਇਹਨੂੰ ਭੁੱਖ ਲੱਗੀ ਹੈ ਬਹੁਤ ਜ਼ਿਆਦਾ, ਇਹਨੂੰ ਤਾਂ ਠੰਡੇ ਦੀ ਵੀ ਆ ਜਾਣੀ ਹੈ ਮਹਿਕ, ਉਵੇਂ ਭੁੱਖ ਲੱਗੀ ਹੈ ਨਾ, ਅਤੇ ਗੱਲ ਕਰਦੇ ਹਾਂ ਕਿ ਗਰਮ ਖਾਣੇ ਦੀ ਮਹਿਕ ਜ਼ਿਆਦਾ ਜਲਦੀ ਕਿਵੇਂ ਆ ਜਾਂਦੀ।
ਤਾਂ ਇਹਦੀ ਜਿਵੇਂ ਟੈਂਪਰੇਚਰ ਇਹਦਾ ਹਾਈ ਹੈਗਾ ਇਹਦਾ ਲੋ ਹੈਗਾ ਇਹਨਾਂ ਦੋਵਾਂ ਦੇ ਕੰਪੈਰੀਜ਼ਨ ਵਿੱਚ। ਅਤੇ ਹਾਈ ਟੈਂਪਰੇਚਰ ਹੋਏਗਾ ਅਤੇ ਹੁਣੇ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਮੋਲੀਕਿਊਲਸ ਨੇ ਈਜ਼ੀਲੀ ਮੂਵ ਕਰਨਗੇ, ਇਹ ਮੋਲੀਕਿਊਲ ਜਿਹੜੇ ਈਜ਼ੀਲੀ ਮੂਵ ਕਰਨਗੇ, ਇਹਦਾ ਵਿਸਰਣ ਈਜ਼ੀਲੀ ਹੋਵੇਗਾ ਅਤੇ ਆਹ ਜਿਹੜਾ ਇਸ ਬੰਦੇ ਦੇ ਕੋਲ ਆ ਜਾਵੇਗੀ ਅਤੇ ਇਹਨੂੰ ਮਹਿਕ ਆ ਜਾਵੇਗੀ। ਇਸੇ ਤਰ੍ਹਾਂ ਠੰਡੇ ਦੀ ਬਾਤ ਕਰੀਏ ਤਾਂ ਠੰਡੇ ਖਾਣੇ ਦੀ ਜਿਹੜੀ ਹੀਟ ਆ ਉਹ ਲੋਅ ਹੋਵੇਗੀ, ਲੋਅ ਹੋਵੇਗੀ ਅਤੇ ਮੋਲੀਕਿਊਲ ਵਿੱਚ ਕਾਇਨੈਟਿਕ ਐਨਰਜੀ ਵੀ ਲੋਅ ਹੋਵੇਗੀ ਅਤੇ ਘੱਟ ਮੂਵ ਕਰਨਗੇ। ਇਸ ਤਰ੍ਹਾਂ ਇਸਦੀ ਜਿਹੜੀ ਸਮੈਲ ਆ ਜਿਹੜੀ ਇਹਦੇ ਕੋਲ ਨਹੀਂ ਆਵੇਗੀ। ਤਾਂ ਇਹੀ ਕਾਰਨ ਹੈ ਕਿ ਗਰਮ ਭੋਜਨ ਦੀ ਮਹਿਕ ਹੈ ਜਿਹੜੀ ਦੂਰ ਦੂਰ ਤੱਕ ਪਹੁੰਚ ਜਾਂਦੀ ਹੈ, ਪਰ ਠੰਡੇ ਭੋਜਨ ਦੀ ਮਹਿਕ ਹੈ ਜਿਹੜੀ ਉਹ ਲੈਣ ਲਈ ਇਸ ਬੰਦੇ ਨੂੰ ਕੋਲ ਆਉਣਾ ਪਵੇਗਾ। ਇਸ 'ਤੇ ਨੈਕਸਟ ਕੁਸ਼ਚਨ ਲੈਂਦੇ ਹਾਂ। ਨੈਕਸਟ ਤੁਹਾਨੂੰ ਇਸ ਤਰ੍ਹਾਂ ਦਾ ਕੁਸ਼ਚਨ ਪੁੱਛਿਆ ਜਾਵੇਗਾ ਕਿ ਹੇਠ ਲਿਖੇ ਤਾਪਮਾਨ ਨੂੰ ਸੈਲਸੀਅਸ ਜਾਂ ਫਿਰ ਇਸ ਦੀ ਤਰ੍ਹਾਂ ਰਿਊਮਰ ਦਿੱਤਾ ਹੋਏਗਾ ਜਾਂ ਫਿਰ ਕੈਲਵਿਨ ਜਾਂ ਫਿਰ ਫਾਰਨਹਾਈਟ ਇਸ ਤਰ੍ਹਾਂ ਦਿੱਤਾ ਹੋਏਗਾ ਅਤੇ ਥੱਲੇ ਟੈਂਪਰੇਚਰ ਦਿੱਤੇ ਹੋਣਗੇ ਇਹਨਾਂ ਨੂੰ ਚੇਂਜ ਕਰਨਾ। ਜਿਵੇਂ ਆ ਈਜ਼ੀ ਕੁਸ਼ਚਨ ਲਿੱਤਾ ਮੈਂ, ਹੇਠ ਲਿਖੇ ਤਾਪਮਾਨ ਨੂੰ ਸੈਲਸੀਅਸ ਵਿੱਚ ਬਦਲੋ। ਪਹਿਲਾਂ ਦਿੱਤਾ ਹੈ 300 ਕੈਲਵਿਨ ਅਤੇ ਦੂਜਾ ਦਿੱਤਾ ਹੈ 573 ਕੈਲਵਿਨ। ਅਤੇ ਇਹਦਾ ਈਜ਼ੀ ਆਪਾਂ ਨੂੰ ਪਤਾ ਹੈ ਕਿ ਕੈਲਵਿਨ ਨੂੰ ਸੈਲਸੀਅਸ ਵਿੱਚ ਬਦਲਣ ਲਈ 273 ਆਪਾਂ ਮਾਈਨਸ ਕਰ ਦਿੰਦੇ ਹਾਂ। 300 ਕੈਲਵਿਨ ਵਿੱਚੋਂ 273 ਮਾਈਨਸ ਕਰਾਂਗੇ ਤਾਂ ਆ ਜਾਏਗਾ 27 ਡਿਗਰੀ ਸੈਲਸੀਅਸ। ਦੂਜਾ ਕੁਸ਼ਚਨ, 273 ਕੈਲਵਿਨ ਇਹਦੇ ਵਿੱਚੋਂ ਵੀ 573 ਕੈਲਵਿਨ ਵਿੱਚੋਂ 273 ਮਾਈਨਸ ਕਰਾਂਗੇ ਤਾਂ ਆ ਜਾਏਗਾ 300 ਡਿਗਰੀ ਸੈਲਸੀਅਸ, ਇਹ ਆਪਣਾ ਆਂਸਰ ਆ ਜਾਏਗਾ। ਪਰ ਜੇਕਰ ਤੁਹਾਨੂੰ ਕਹੇ ਕਿ ਇਸ ਨੂੰ ਰਿਊਮਰ ਵਿੱਚ ਬਦਲੋ, ਕੈਲਵਿਨ ਵਿੱਚ ਬਦਲੋ ਜਾਂ ਫਿਰ ਫਾਰਨਹਾਈਟ ਵਿੱਚ ਬਦਲੋ, ਉਦੋਂ ਆਪਣੇ ਲਈ ਇਹ ਮੁਸ਼ਕਿਲ ਹੋ ਜਾਵੇਗਾ ਅਤੇ ਆਪਾਂ ਕੀ ਕਰਦੇ ਹਾਂ ਜਿਹੜੇ ਫਾਰਮੂਲੇ ਹੁੰਦੇ ਨੇ ਇਹਨਾਂ ਨੂੰ ਰੱਟਣਾ ਸਟਾਰਟ ਕਰ ਦਿੰਦੇ ਹਾਂ। ਪਰ ਆਪਾਂ ਨੂੰ ਇਹ ਸਭ ਨਹੀਂ ਕਰਨਾ, ਰੱਟਣਾ ਨਹੀਂ। ਇਸ ਦਾ ਜਿਹੜਾ ਤੁਹਾਨੂੰ ਟ੍ਰਿਕ ਦੱਸਾਂਗਾ ਮੈਂ ਈਜ਼ੀ, ਪਹਿਲਾਂ ਆਪਾਂ ਜਿਹੜੇ ਸਾਰੇ ਪੈਮਾਨੇ ਉਹ ਪੜ੍ਹ ਲਈਏ। ਫਸਟ ਹੈਗਾ ਸੈਲਸੀਅਸ, ਸੈਲਸੀਅਸ ਪੈਮਾਨਾ ਕਿਸ ਤਰ੍ਹਾਂ ਬਣਿਆ ਹੁੰਦਾ ਹੈ ਡਾਇਗਰਾਮ ਨਾਲ ਤੁਹਾਨੂੰ ਵਿਖਾ ਦੇਣਾ। ਇਸ ਤਰ੍ਹਾਂ ਹੋਵੇਗਾ, ਇਹਦਾ ਇੱਕ ਆਪਾਂ ਨੂੰ ਪੁਆਇੰਟ ਯਾਦ ਕਰਨੀ ਹੈ, ਦੋ ਫ੍ਰੀਜ਼ਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ। ਫ੍ਰੀਜ਼ਿੰਗ ਪੁਆਇੰਟ ਇਹਦਾ ਕੀ ਹੁੰਦਾ ਹੈ, 0 ਡਿਗਰੀ ਸੈਲਸੀਅਸ ਸਾਰਿਆਂ ਨੂੰ ਪਤਾ ਹੈ, ਅਤੇ ਬੋਇਲਿੰਗ ਪੁਆਇੰਟ 100 ਡਿਗਰੀ ਸੈਲਸੀਅਸ ਪਾਣੀ ਦਾ ਦਿੱਤਾ ਹੈ, ਬੋਇਲਿੰਗ ਪੁਆਇੰਟ 100 ਡਿਗਰੀ ਸੈਲਸੀਅਸ। ਅਤੇ ਇਹ ਕਿੰਨੇ ਪਾਰਟ ਵਿੱਚ ਡਿਵਾਈਡ ਹੁੰਦਾ ਹੈ, ਇਕੁਅਲ 100 ਪਾਰਟ ਵਿੱਚ। ਫਿਰ ਤੋਂ ਰਿਪੀਟ ਕਰ ਦੇਣਾ, ਇਸ ਦਾ ਜਿਹੜਾ ਫ੍ਰੀਜ਼ਿੰਗ ਪੁਆਇੰਟ ਹੋਏਗਾ, ਜਮਾਵ ਦਰਜਾ ਉਹ ਹੈਗਾ 0 ਡਿਗਰੀ ਸੈਲਸੀਅਸ, ਜਿਵੇਂ ਪਾਣੀ ਹੈ ਉਹ 0 ਡਿਗਰੀ ਸੈਲਸੀਅਸ 'ਤੇ ਜੰਮਦਾ, ਅਤੇ ਬੋਇਲਿੰਗ ਪੁਆਇੰਟ ਉਬਾਲ ਦਰਜਾ ਆਹ ਕਿੰਨਾ ਹੁੰਦਾ ਜੀ, 100 ਡਿਗਰੀ ਸੈਲਸੀਅਸ। ਅਤੇ ਕਿੰਨੇ ਬਰਾਬਰ ਹਿੱਸਿਆਂ ਵਿੱਚ ਇਹ ਜਿਹੜਾ ਥਰਮਾਮੀਟਰ ਵੰਡਿਆ ਹੁੰਦਾ, 100 ਬਰਾਬਰ ਹਿੱਸਿਆਂ ਵਿੱਚ। ਦੂਜਾ ਵੇਖਦੇ ਹਾਂ, ਦੂਜਾ ਹੈਗਾ ਜੀ ਫਾਰਨਹਾਈਟ, ਇਹਦਾ ਵੀ ਆਪਾਂ ਨੂੰ ਫ੍ਰੀਜ਼ਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਵੇਖਣਾ ਹੈ। ਇਹਦਾ ਫ੍ਰੀਜ਼ਿੰਗ ਪੁਆਇੰਟ ਹੁੰਦਾ ਜੀ 32 ਡਿਗਰੀ ਫਾਰਨਹਾਈਟ, ਅਤੇ ਇਹਦਾ ਬੋਇਲਿੰਗ ਪੁਆਇੰਟ ਹੁੰਦਾ 212 ਡਿਗਰੀ ਫਾਰਨਹਾਈਟ। ਫਾਰਨਹਾਈਟ ਦਾ ਫ੍ਰੀਜ਼ਿੰਗ ਪੁਆਇੰਟ ਜਮਾਵ ਦਰਜਾ ਹੁੰਦਾ 32 ਡਿਗਰੀ ਫਾਰਨਹਾਈਟ, ਅਤੇ ਬੋਇਲਿੰਗ ਪੁਆਇੰਟ ਹੁੰਦਾ 212 ਡਿਗਰੀ ਫਾਰਨਹਾਈਟ। ਅਤੇ ਆਹ ਜਿਹੜਾ ਬਰਾਬਰ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ ਉਹ ਹੁੰਦਾ ਜੀ 180 ਬਰਾਬਰ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ। ਨੈਕਸਟ ਵੇਖਦੇ ਹਾਂ, ਇੱਕ ਵਾਰ ਤੁਸੀਂ ਆਰਾਮ ਨਾਲ ਵੇਖੋ ਫਿਰ ਤੁਹਾਨੂੰ ਈਜ਼ੀਲੀ ਯਾਦ ਹੋ ਜਾਣਗੇ ਸਾਰੇ। ਨੈਕਸਟ ਹੈਗਾ ਕੈਲਵਿਨ, ਕੈਲਵਿਨ ਦਾ ਜਿਹੜਾ ਫ੍ਰੀਜ਼ਿੰਗ ਪੁਆਇੰਟ ਹੁੰਦਾ ਉਹ ਹੁੰਦਾ 273। ਇੱਕ ਗੱਲ ਧਿਆਨ ਰੱਖਣਾ, ਇਹਦੇ ਉੱਤੇ ਕੋਈ ਡਿਗਰੀ ਵਗੈਰਾ ਨਹੀਂ ਲੱਗਦੀ, 273। ਅਤੇ ਇਹਦਾ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਉਹ ਹੁੰਦਾ 373 ਕੈਲਵਿਨ। ਇਹ ਜਿਹੜਾ ਬਰਾਬਰ ਪਾਰਟ 'ਚ ਡਿਵਾਈਡ ਹੁੰਦਾ ਉਹ ਹੁੰਦਾ 100
बराबर पार्ट। एक होर कर लीए, नैक्सट जिहड़ा आंदा है आंदा है र्यूमर, र्यूमर इहदा फ्रीजिंग पॉइंट हुंदा है जीरो आर ते इहदा बॉयलिंग पॉइंट हुंदा है ओह हुंदा है 80 आर। ये जिहड़ा बराबर 80 भाग विच डिवाइड होता है। फिर तो रिपीट कर देने हैं, आप चार जिहड़े थर्मामीटर पढ़े है, सेल्सियस जिहदा फ्रीजिंग पॉइंट यानी जमाव दर्जा होंदा है 0 डिग्री ते बॉयलिंग पॉइंट होंदा है 100 डिग्री, आ बराबर 100 पार्ट विच डिवाइड होंदा है। सेकेंड हैगा सी फारेनहाइट, फारेनहाइट किन्ना होंदा है इहदा जिहड़ा जमाव दर्जा होंदा है 32 डिग्री फारेनहाइट ते इहदा जिहड़ा उबाल दर्जा होंदा है 212 फारेनहाइट, ते इह बराबर 180 पार्ट विच डिवाइड होंदा है। इसी तरह केलविन की गल करिए, केलविन का जिहड़ा फ्रीजिंग पॉइंट होंदा है 273 केलविन ते बॉयलिंग पॉइंट होंदा है 373 केल्विन, ये बराबर जिहड़े 100 पार्ट विच डिवाइड होंदा है। इसी तरह र्यूमर की गल करिए, र्यूमर का जिहड़ा फ्रीजिंग पॉइंट होंदा है 0 र्यूमर ते इहदा बॉयलिंग पॉइंट होंदा है ओह 80 र्यूमर, ते इह जिहड़ा 80 इक्वल पार्ट विच वंडिया होंदा है। हुण वेखदे हां इसनूं किस तरह आपां याद कर सकते हैं। हुण तुसीं बस एक लाइन याद रखनी है, हरेक जिहड़ा थर्मामीटर हैगा उहदा सब तो पहला फ्रीजिंग पॉइंट तुसीं लिखना है, जिवें पहला सेल्सियस हैगा तां सी माइनस इहदा फ्रीजिंग पॉइंट, फ्रीजिंग पॉइंट किन्ना है 0, ते बटे च की लिखना आपां जिन्ने पार्ट विच डिवाइड हैगा, किन्ने पार्ट विच डिवाइड हैगा 100 पार्ट विच लिखता। सेकेंड इक्वल दा निशान पा के सेकेंड वेखिए, सेकेंड हैगा फारेनहाइट, ते फारेनहाइट दा जिहड़ा फ्रीजिंग पॉइंट लिखना है एफ माइनस फ्रीजिंग पॉइंट किन्ना हैगा इहदा 32 बटे च इहदे च किन्ने भाग विच जिहड़ा डिवाइड हैगा 180 इज इक्वल टू। नैक्सट हैगा केलविन, केलविन दा के माइनस इहदा फ्रीजिंग पॉइंट किन्ना हैगा 273 ते बटे च किन्ने पार्ट च आ जिहड़ा डिवाइड हैगा आएगा 100 पार्ट च। नैक्सट किहड़ा है र्यूमर, ते आर माइनस र्यूमर दा फ्रीजिंग पॉइंट किन्ना हैगा 0 बटे च किन्ने पार्ट च डिवाइड हैगा तां आ हैगा जी 80 पार्ट च डिवाइड। बस आ जिहड़ा अपना फॉर्मूला बन गया। फिर तो रिपीट कर देना, उत्ते लिखना आपां जिहड़ा थर्मामीटर, थर्मामीटर दा नेम ते माइनस फ्रीजिंग पॉइंट बटे च किन्ने पार्ट च डिवाइड हैगा, इस तरह आपां सारिआं दा लिखना है। जिवें फिर तो रिपीट कर देने, पहला सेल्सियस लिखिया सी, सेल्सियस माइनस इहदा फ्रीजिंग पॉइंट 0 हैगा ते किन्ने पार्ट च डिवाइड हैगा 100 च। नैक्सट आपां लिखिया है फारेनहाइट, फारेनहाइट दा फ्रीजिंग पॉइंट हैगा 32 किन्ने पार्ट च डिवाइड हैगा 180। नैक्सट आपां लिखिया है केलविन, केलविन दा फ्रीजिंग पॉइंट हैगा माइनस तां आपां लाणा ही है 273 ते किन्ने पार्ट च डिवाइड है 100 च। र्यूमर, र्यूमर दा 0 फ्रीजिंग पॉइंट ते किन्ने पार्ट च डिवाइड है 80। बस आ एक लाइन याद रखनी है, कोई रट्टा नहीं मारना, इन्ना तो तुहानूं दस ही दित्ता अज हेठां कि इस तरह दे आ जिहड़े बने हुंदे ने थर्मामीटर। हुण वेखदे हां इस नाल आपां क्वेश्चन किस तरह हल कर सकते हैं। एक तुहानूं क्वेश्चन दे दिंदा, जिवें फस्ट क्वेश्चन हैगा, जिवें 100 डिग्री फारेनहाइट दित्ता, इहनूं आपां चेंज करना है सेल्सियस विच, किवें चेंज करांगे। हुण वेखो आपां बस इन्ना कु चकना अग्गे वक्त, आपां नूं बस इन्ने दी लोड़ हैगी है, सेल्सियस ते फारेनहाइट की गल आई है ना, बस इन्ना कु चकना आपां, जिथे दिता है ना बस वो वैल्यू पुट कर देनी है। ते सोल्व करिए, सी इस दे अकॉर्डिंग गल कर रहा मैं, सी बटे च इहनूं पहलां कट दईए, 0 नाल 0 कट गई ते आ गया 5 × 10 ते 9 × 18 इन्ना कट गया ना। सी बटे च 5 इज इक्वल टू फारेनहाइट किन्ना दिता 100, 100 माइनस ते 32 आपां ला देना इत्थे उत्ते बटे च 9। हुण इस नूं आपां क्रॉस मल्टीप्लाई करिए तां की आ जाएगा 68 माइनस करके ते आप क्रॉस मल्टीप्लाई करिए इत्थे आ जाएगा 5 बटे च 9। सी इज इक्वल टू 68 × 5 ते बटे च 9, इहनूं आपां जदों कट्टांगे
ਇਹ ਆ ਜਾਏਗਾ ਜੀ 37.7 ਡਿਗਰੀ ਸੈਲਸੀਅਸ, 37.7 ਡਿਗਰੀ ਸੈਲਸੀਅਸ। ਇਸੇ ਤਰ੍ਹਾਂ ਇੱਕ ਹੋਰ ਐਗਜ਼ਾਮਪਲ ਨਾਲ ਤੁਹਾਨੂੰ ਕਲੀਅਰ ਕਰ ਦੇਣਾ, ਜਿਵੇਂ ਆਪਣੀ ਬੋਡੀ ਦਾ ਹੀ ਟੈਂਪਰੇਚਰ ਲੈ ਲਈਏ, ਜਿਵੇਂ ਹੈਗਾ 98.6 ਡਿਗਰੀ ਫਾਰਨਹਾਈਟ, ਇਹਨੂੰ ਆਪਾਂ ਕਿਹਦੇ 'ਚ ਚੇਂਜ ਕਰੀਏ, ਸੈਲਸੀਅਸ ਵਿੱਚ। ਤਾਂ ਸੇਮ ਇਹਨਾਂ ਤੱਕ ਕੱਟੀ ਜਾਣਾ, ਵੇਖਦੇ ਹਾਂ ਕੀ ਬਣੇਗਾ। ਸੀ ਬਟੇ 'ਚ 5 ਇਜ ਇਕੁਅਲ ਟੂ 98.6 ਮਾਈਨਸ 32 ਬਟੇ 'ਚ 9, ਇਹਨੂੰ ਜਦੋਂ ਆਪਾਂ ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਕੱਟ ਕੇ ਆ ਜਾਏਗਾ 37 ਡਿਗਰੀ ਸੈਲਸੀਅਸ। ਆਪਣਾ ਬੋਡੀ ਦਾ ਜਿਹੜਾ ਟੈਂਪਰੇਚਰ ਇਹਦੇ 'ਚ ਹੁੰਦਾ ਸੈਲਸੀਅਸ 37 ਡਿਗਰੀ ਸੈਲਸੀਅਸ, ਅਤੇ ਫਾਰਨਹਾਈਟ 'ਚ ਹੁੰਦਾ 98.6 ਡਿਗਰੀ ਫਾਰਨਹਾਈਟ। ਇਸੇ ਤਰ੍ਹਾਂ ਤੁਸੀਂ ਜੇ ਰਿਊਮਰ 'ਚ ਚੇਂਜ ਕਰਨਾ ਹੋਵੇ ਉਹ ਵੀ ਕਰ ਸਕਦੇ ਹੋ, ਕੈਲਵਿਨ 'ਚ ਚੇਂਜ ਕਰਨਾ ਹੈ ਉਹ ਵੀ ਕਰ ਸਕਦੇ ਹੋ। ਬਸ ਇੰਨਾ ਕੋਈ ਯਾਦ ਰੱਖਣਾ ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਥਰਮਾਮੀਟਰ ਦਾ ਨਾਂ ਮਾਈਨਸ ਹੁੰਦਾ ਫ੍ਰੀਜ਼ਿੰਗ ਪੁਆਇੰਟ, ਬਟੇ 'ਚ ਕਿੰਨੇ ਪਾਰਟ 'ਚ ਉਹ ਡਿਵਾਈਡ ਹੈ, ਇਜ਼ ਇਕੁਅਲ ਟੂ ਬਾਕੀ ਸਾਰਿਆਂ ਦਾ ਸੇਮ ਲਿਖ ਕੇ ਬਾਅਦ 'ਚ ਆਪਾਂ ਈਜ਼ੀਲੀ ਕੱਢ ਸਕਦੇ। ਹੁਣ ਤੁਹਾਨੂੰ ਜਿਹੜਾ ਯਾਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇੱਥੇ ਇੱਕ ਕੁਸ਼ਚਨ ਵੀ ਬਣ ਜਾਂਦਾ ਹੈ ਕਿ ਕੋਈ ਅਜਿਹੀ ਵੈਲਿਊ ਦੱਸੋ ਜਿਹੜੀ ਫਾਰਨਹਾਈਟ ਅਤੇ ਸੈਲਸੀਅਸ ਇਹਨਾਂ ਵਿੱਚ ਸੇਮ ਹੁੰਦੀ ਵੈਲਿਊ ਆਵੇ, ਅਤੇ ਉਹ ਵੈਲਿਊ ਹੈਗੀ ਹੈ ਜੀ ਮਾਈਨਸ 40 ਡਿਗਰੀ, ਤਾਂ ਕਿ ਇਹਨਾਂ ਦੋਵਾਂ ਟੈਂਪਰੇਚਰ 'ਚ ਇਕੁਅਲ ਸ਼ੋ ਹੁੰਦੀ ਹੈ। ਅਤੇ ਇੱਕ ਕੁਸ਼ਚਨ ਹੋਰ ਬਣ ਜਾਂਦਾ ਹੈ ਕਿ ਐਬਸੋਲਿਊਟ ਟੈਂਪਰੇਚਰ ਕਿਆ ਹੁੰਦਾ ਹੈ, ਐਬਸੋਲਿਊਟ ਟੈਂਪਰੇਚਰ, ਐਬਸੋਲਿਊਟ ਟੈਂਪਰੇਚਰ ਦਾ ਕੀ ਮਤਲਬ ਹੈਗਾ ਕਿ ਘੱਟ ਤੋਂ ਘੱਟ ਟੈਂਪਰੇਚਰ ਕਿੰਨਾ ਹੋ ਸਕਦਾ ਹੈ ਧਰਤੀ 'ਤੇ, ਘੱਟ ਤੋਂ ਘੱਟ ਟੈਂਪਰੇਚਰ ਦੀ ਗੱਲ ਕਰੀਏ ਤਾਂ ਕਿੰਨਾ ਹੋ ਸਕਦਾ ਹੈ, ਤਾਂ ਉਹ ਹੋ ਸਕਦਾ ਹੈ ਜੀ ਮਾਈਨਸ 273.15 ਡਿਗਰੀ ਸੈਲਸੀਅਸ ਜਾਂ ਫਿਰ 0 ਡਿਗਰੀ ਕੈਲਵਿਨ। ਫਿਰ ਤੋਂ ਰਿਪੀਟ ਕਰ ਦੇਣਾ, ਗੱਲ ਕੀਤੀ ਹੈ ਐਬਸੋਲਿਊਟ ਟੈਂਪਰੇਚਰ ਦੀ, ਇਹਨੂੰ ਕਹਿੰਦੇ ਨੇ ਪਰਮ ਸ਼ੂਨਿਆ ਤਾਪ, ਕਿ ਆਪਣੇ ਇੱਥੇ ਧਰਤੀ 'ਤੇ ਘੱਟ ਤੋਂ ਘੱਟ ਟੈਂਪਰੇਚਰ ਕਿੰਨਾ ਹੋ ਸਕਦਾ, ਕਿ ਮਤਲਬ ਇਸ ਤੋਂ ਘੱਟ ਟੈਂਪਰੇਚਰ ਨਹੀਂ ਹੋ ਸਕਦਾ, ਹੋਏਗਾ ਮਾਈਨਸ 273.15 ਡਿਗਰੀ ਸੈਲਸੀਅਸ ਜਾਂ ਫਿਰ 0 ਡਿਗਰੀ ਕੈਲਵਿਨ। ਆਏਗਾ ਜੀ ਵੈਰੀ ਵੈਰੀ ਇੰਪੋਰਟੈਂਟ, ਐਗਜ਼ਾਮ 'ਚ ਪੁੱਛਣ ਦੇ ਪੂਰੀਆਂ ਦੀ ਸੰਭਾਵਨਾ ਹੈਗੀ। ਨੈਕਸਟ ਪੜ੍ਹਦੇ ਹਾਂ, ਨੈਕਸਟ ਮੋਸਟ ਇੰਪੋਰਟੈਂਟ ਹੈਗਾ ਜੀ ਵਾਸ਼ਪਣ ਅਤੇ ਉਬਾਲਣ ਵਿੱਚ ਅੰਤਰ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਾਸ਼ਪਣ ਅਤੇ ਉਬਾਲਣ ਵਿੱਚ ਕੀ ਕੁਝ ਅੰਤਰ ਹੈਗਾ। ਫਸਟ ਪੁਆਇੰਟ ਦਿੱਤਾ ਹੈ ਇਸ ਕਿਰਿਆ ਦੇ ਦੌਰਾਨ ਤਾਪ ਬਦਲਦਾ, ਵਾਸ਼ਪਣ ਵਿੱਚ ਕੀ ਹੁੰਦਾ ਹੈ ਇਸ ਕਿਰਿਆ ਦੇ ਦੌਰਾਨ ਤਾਪ ਜਿਹੜਾ ਬਦਲਦਾ ਰਹਿੰਦਾ ਹੈ, ਉਬਲਣ ਵਿੱਚ ਕੀ ਹੁੰਦਾ ਹੈ ਤਾਪ ਪੂਰੀ ਤਰ੍ਹਾਂ ਸਥਿਰ ਰਹਿੰਦਾ, ਤਾਪ ਜਿਹੜਾ ਪੂਰੀ ਤਰ੍ਹਾਂ ਸਥਿਰ ਰਹਿੰਦਾ ਹੈ। ਪਿੱਛੇ ਆਪਾਂ ਜਿਹੜਾ ਪੜ੍ਹਿਆ ਸੀ ਪਾਣੀ 100 ਡਿਗਰੀ ਸੈਲਸੀਅਸ 'ਤੇ ਉਬਲਣਾ ਜਿਹੜਾ ਸਟਾਰਟ ਹੋ ਜਾਂਦਾ ਹੈ, ਉਹ ਤੋਂ ਬਾਅਦ ਵੀ ਜਿਹੜੀ ਆਪਾਂ ਹੀਟ ਦਿੱਤੀ ਸੀ ਪਰ ਕੀ ਹੈ ਜਿਹੜਾ ਤਾਪ ਹੈਗਾ ਸੀ ਉਹ ਸਥਿਰ ਹੀ ਰਿਹਾ ਸੀ। ਨੈਕਸਟ ਪੁਆਇੰਟ ਕੀ ਹੈਗਾ, ਇਹ ਸਾਰੇ ਤਾਪਮਾਨ 'ਤੇ ਹੁੰਦਾ, ਇਹ ਜਿਹੜਾ ਸਾਰੇ ਤਾਪਮਾਨ 'ਤੇ ਵੀ ਹੁੰਦਾ ਹੈ, ਮਤਲਬ ਕਿ ਘੱਟ ਤਾਪਮਾਨ 'ਤੇ ਵੀ ਅਤੇ ਜ਼ਿਆਦਾ ਤਾਪਮਾਨ 'ਤੇ ਵੀ, ਪਰ ਇਹਦੇ ਵਿੱਚ ਕੀ ਹੈਗਾ ਇਹ ਸਿਰਫ ਉਬਾਲ ਦਰਜੇ 'ਤੇ ਹੀ ਹੁੰਦਾ ਹੈ। ਜਿਵੇਂ ਆਪਾਂ ਪੜ੍ਹਿਆ ਸੀ ਕਿ ਪਾਣੀ 100 ਡਿਗਰੀ 'ਤੇ ਹੀ ਉਬਲਣਾ ਸਟਾਰਟ ਹੋ ਜਾਂਦਾ, ਐਵੇਂ ਨਹੀਂ ਹੈਗਾ ਕਿ 50 ਡਿਗਰੀ 'ਤੇ ਪਾਣੀ ਉਬਲਣਾ ਸਟਾਰਟ ਹੋ ਜਾਂਦਾ, ਇਹ ਸਿਰਫ ਉਬਾਲ ਦਰਜੇ 'ਤੇ ਹੀ ਹੁੰਦਾ। ਨੈਕਸਟ ਪੁਆਇੰਟ ਕੀ ਹੈਗਾ, ਇਹ ਸਤਹ 'ਤੇ ਹੋਣ ਵਾਲੀ ਕਿਰਿਆ, ਜਿਹੜੀ ਵਾਸ਼ਪਣ ਹੁੰਦੀ ਹੈ ਉਹ ਹਮੇਸ਼ਾ ਸਤਹਿ 'ਤੇ ਹੁੰਦੀ ਹੈ, ਜਿਵੇਂ ਵਾਸ਼ਪਣ ਹੋਵੇਗੀ ਹਮੇਸ਼ਾ ਸਤਹਿ 'ਤੇ ਹੋਵੇਗੀ, ਅਤੇ ਉਬਲਣ ਇਹ ਦਰਵ ਦੇ ਸਾਰੇ ਕਣਾਂ ਵਿੱਚ ਹੁੰਦੀ ਹੈ। ਜਿਵੇਂ ਐਗਜ਼ਾਮਪਲ 'ਚ ਪਾਣੀ ਉਬਲ ਰਿਹਾ ਹੈ ਤਾਂ ਇਹ ਇਸ ਤਰ੍ਹਾਂ ਦਾ, ਇਸ ਤਰ੍ਹਾਂ ਉਬਲੇਗਾ ਪਾਣੀ, ਇਹ ਕਣਾਂ ਜਿਹੜੇ ਇਸ ਤਰ੍ਹਾਂ ਇਸ ਤਰ੍ਹਾਂ, ਮਤਲਬ ਤਾਂ ਕਹਿਣ ਦਾ ਮਤਲਬ ਕੀ ਹੈਗਾ ਕਿ ਇਹ ਸਾਰੇ ਕਣਾਂ ਵਿੱਚ ਹੁੰਦੀ ਹੈ। ਨੈਕਸਟ ਪੁਆਇੰਟ ਕੀ ਦਿੱਤਾ ਹੈ, ਇਹ ਸ਼ਾਂਤ ਅਤੇ ਧੀਮੀ ਕਿਰਿਆ ਹੈ, ਜਿਹੜੀ ਵਾਸ਼ਪਣ ਹੈਗੀ ਹੈ ਇਹ ਸ਼ਾਂਤ ਅਤੇ ਧੀਮੀ ਕਿਰਿਆ ਕਿਉਂ ਹੈਗੀ ਹੈ, ਕਿਉਂਕਿ ਇਹ ਸਾਰੇ ਤਾਪਮਾਨ 'ਤੇ ਹੁੰਦੀ ਹੈ, ਘੱਟ ਤਾਪਮਾਨ 'ਤੇ ਵੀ ਅਤੇ ਜ਼ਿਆਦਾ ਤਾਪਮਾਨ 'ਤੇ, ਇਸ ਤਰ੍ਹਾਂ ਇਹ ਮਤਲਬ ਸ਼ਾਂਤ ਰਹਿਣ ਵਾਲੀ ਕਿਰਿਆ ਹੈਗੀ ਹੈ। ਦੂਜੇ ਪਾਸੇ ਵੇਖੀਏ ਇਹ ਤੇਜ਼ ਅਤੇ ਆਵਾਜ਼ ਪੈਦਾ ਕਰਦੀ ਹੈ, ਜਿਵੇਂ ਪਾਣੀ ਉਬਲਣਾ ਸਟਾਰਟ ਹੋ ਜਾਂਦਾ ਹੈ ਅਤੇ ਇਸ ਤਰ੍ਹਾਂ ਕੀ ਹੈ ਇੱਕ ਤਿੱਖੀ ਜਿਹੀ ਆਵਾਜ਼ ਜਿਹੜੀ ਆਉਣੀ ਸਟਾਰਟ ਹੋ ਜਾਂਦੀ ਹੈ ਅਤੇ ਤੇਜ਼ ਕਿਰਿਆ ਹੁੰਦੀ ਹੈ। ਨੈਕਸਟ ਕੀ ਹੈਗਾ, ਇਸ ਨਾਲ ਸਤਹ ਦਾ ਖੇਤਰਫਲ ਹਵਾ ਵੇਗ ਦੇ ਵਾਧੇ ਨਾਲ ਵੱਧਦਾ ਹੈ, ਮਤਲਬ ਕਿ ਇਹ ਸਤਹ ਦਾ ਖੇਤਰਫਲ ਹਵਾ ਵੇਗ
ਇਹਨਾਂ ਦੇ ਵਾਧੇ ਨਾਲ ਕੀ ਹੈ ਵੱਧਦਾ ਰਹਿੰਦਾ, ਵਾਸ਼ਪਣ ਜਿਹੜਾ ਵੱਧਦਾ ਰਹਿੰਦਾ ਹੈ, ਪਰ ਇਸ ਵਿੱਚ ਕੀ ਹੈਗਾ ਇਹ ਸਥਿਰ ਰਹਿੰਦਾ ਹੈ, ਕੋਈ ਵੀ ਜਿਹੜਾ ਪਰਿਵਰਤਨ ਆਵੇ ਪਰ ਇਹ ਜਿਹੜਾ ਉਬਲਣਾ ਹੈ ਉਹ ਸਥਿਰ ਰਹੇਗਾ, ਇਹਦੇ 'ਤੇ ਕੋਈ ਫਰਕ ਜਿਹੜਾ ਨਹੀਂ ਪੈਂਦਾ। ਨੈਕਸਟ ਕੀ ਹੈਗਾ, ਬੁਲਬਲੇ ਨਹੀਂ ਬਣਦੇ, ਵਾਸ਼ਪਣ ਵਿੱਚ ਬੁਲਬਲੇ ਨਹੀਂ ਬਣਦੇ ਅਤੇ ਉਬਲਣ ਵਿੱਚ ਬੁਲਬਲੇ ਬਣਦੇ ਹਨ। ਹੁਣੇ ਮੈਂ ਤੁਹਾਨੂੰ ਦੱਸਿਆ ਕਿ ਇਸ ਵਿੱਚ ਇਸ ਤਰ੍ਹਾਂ ਦੇ ਪਾਣੀ ਦੇ ਬੁਲਬਲੇ ਜੇ ਬਣ ਜਾਂਦੇ ਨੇ, ਉਹ ਇਸ ਤਰ੍ਹਾਂ ਮੂਵ ਕਰ ਜਾਂਦੇ ਨੇ ਉੱਪਰ ਨੀਚੇ। ਅਤੇ ਨੈਕਸਟ ਕੀ ਹੈ, ਠੰਡ ਉਤਪੰਨ ਹੁੰਦੀ ਹੈ, ਵਾਸ਼ਪਣ ਵਿੱਚ ਕੀ ਹੁੰਦੀ ਹੈ ਠੰਡ ਉਤਪੰਨ ਹੁੰਦੀ ਅਤੇ ਉਬਲਣ ਵਿੱਚ ਨਹੀਂ ਹੁੰਦੀ। ਵਾਸ਼ਪਣ ਦੀ ਹੋਰ ਐਗਜ਼ਾਮਪਲ ਦੀ ਹੈ ਜਿਵੇਂ ਕੜੇ ਵਾਲੀ, ਕਿ ਗਰਮੀਆਂ ਵਿੱਚ ਕੜੇ ਦਾ ਪਾਣੀ ਠੰਡਾ ਕਿਉਂ ਰਹਿ ਜਾਂਦਾ, ਕਿਉਂਕਿ ਕੜੇ ਵਿੱਚ ਛੋਟੇ ਛੋਟੇ ਕੀ ਹੁੰਦੇ ਸੁਰਾਖ ਜਿਹੇ ਬਣੇ ਹੁੰਦੇ, ਇਹਨਾਂ ਵਿੱਚ ਪਾਣੀ ਆ ਜਾਂਦਾ ਅਤੇ ਬਾਹਰੋਂ ਹੀਟ ਲੈ ਕੇ ਵਾਸ਼ਪਣ ਜਿਹੜੀ ਕਿਰਿਆ ਹੁੰਦੀ ਰਹਿੰਦੀ ਹੈ। ਅਤੇ ਵਾਸ਼ਪਣ ਦੇ ਕਾਰਨ ਹੁਣੇ ਆਪਾਂ ਪੜ੍ਹੀਏ ਕੀ ਹੁੰਦਾ ਠੰਡ ਉਤਪੰਨ ਹੁੰਦੀ ਹੈ, ਅਤੇ ਠੰਡ ਦੇ ਕਾਰਨ ਕੀ ਹੋਏਗਾ ਜਿਹੜਾ ਪਾਣੀ ਕੜੇ ਦਾ ਉਹ ਠੰਡਾ ਰਹੇਗਾ। ਅਤੇ ਦੂਜੇ ਪਾਸੇ ਉਬਲਣ ਦੀ ਕਿਰਿਆ, ਇਹਦੇ ਨਾਲ ਕੀ ਹੈ ਠੰਡ ਪੈਦਾ ਨਹੀਂ ਹੁੰਦੀ, ਕਿਉਂਕਿ ਇਸ ਨਾਲ ਜਿਹੜੀ ਆਪਾਂ ਭਾਫ਼ ਵਾਲੀ ਐਗਜ਼ਾਮਪਲ ਕੀਤੀ ਸੀ ਕਿ ਭਾਫ਼ ਨਾਲ ਸਾਨੂੰ ਜਲਨ ਜ਼ਿਆਦਾ ਹੁੰਦੀ ਹੈ, ਅਤੇ ਇਹਦੇ ਵਿੱਚ ਕੀ ਹੈ ਜਿਹੜੀ ਠੰਡ ਪੈਦਾ ਨਹੀਂ ਹੁੰਦੀ। ਨੈਕਸਟ ਆਪਾਂ ਜਿਹੜਾ ਕੰਪੈਰੀਜ਼ਨ ਪੜ੍ਹਦੇ ਹਾਂ ਤਾਪ ਅਤੇ ਤਾਪਮਾਨ ਵਿੱਚ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਪ ਅਤੇ ਤਾਪਮਾਨ। ਨੈਕਸਟ ਜਿਹੜਾ ਇੰਪੋਰਟੈਂਟ ਹੈਗਾ ਜੀ ਤਾਪ ਅਤੇ ਤਾਪਮਾਨ ਵਿੱਚ ਡਿਫਰੈਂਸ ਵੇਖਦੇ ਹਾਂ ਜੀ। ਫਸਟ ਪੁਆਇੰਟ ਦਿੱਤਾ ਹੈ ਇਹ ਇੱਕ ਊਰਜਾ ਦਾ ਰੂਪ ਹੈਗਾ, ਤਾਪ ਜਿਹੜਾ ਹੁੰਦਾ ਹੈ ਇਹ ਇੱਕ ਊਰਜਾ ਦਾ ਰੂਪ ਹੁੰਦਾ ਹੈ, ਅਤੇ ਤਾਪਮਾਨ ਦੀ ਗੱਲ ਕਰੀਏ ਇਹ ਇੱਕ ਅਵਸਥਾ ਹੁੰਦੀ ਹੈ ਜੀ ਜਿਸ ਨਾਲ ਤਾਪ ਦੇ ਵਹਾਅ ਦੀ ਦਿਸ਼ਾ ਦਾ ਪਤਾ ਲੱਗਦਾ, ਮਤਲਬ ਇਸ ਨਾਲ ਪੂਰਾ ਰਿਲੇਟ ਕਰਦਾ ਜੀ। ਇਹ ਇੱਕ ਊਰਜਾ ਹੁੰਦੀ ਹੈ ਅਤੇ ਜਿਹੜਾ ਤਾਪਮਾਨ ਹੁੰਦਾ ਇਹ ਇੱਕ ਅਵਸਥਾ ਹੁੰਦੀ ਹੈ ਜਿਸ ਨਾਲ ਤਾਪ ਦੇ ਵਹਾਅ ਦੀ ਦਿਸ਼ਾ ਦਾ ਪਤਾ ਲੱਗਦਾ। ਨੈਕਸਟ ਪੁਆਇੰਟ ਦੇਖਦੇ ਹਾਂ ਇਸ ਨਾਲ ਗਰਮੀ ਸਰਦੀ ਦਾ ਅਨੁਭਵ ਹੁੰਦਾ, ਤਾਪ ਦੇ ਨਾਲ ਗਰਮੀ ਸਰਦੀ ਦਾ ਅਨੁਭਵ ਹੁੰਦਾ ਹੈ। ਅਤੇ ਦੂਜੇ ਪਾਸੇ ਦਿੱਤਾ ਹੈ ਵਸਤੂ ਦੇ ਗੁਣਧਰਮ ਨਾਲ ਤਾਪ ਦੇ ਪ੍ਰਵਾਹ ਨੂੰ ਨਿਸ਼ਚਿਤ ਕਰਦਾ, ਤਾਪਮਾਨ ਜਿਹੜਾ ਵਸਤੂ ਦੇ ਗੁਣਧਰਮ ਨਾਲ ਉਸਦੇ ਨੇਚਰ ਦੇ ਨਾਲ ਤਾਪ ਦੇ ਪ੍ਰਵਾਹ ਨੂੰ ਨਿਸ਼ਚਿਤ ਕਰਦਾ ਹੈ। ਨੈਕਸਟ ਪੁਆਇੰਟ ਦਿੱਤਾ ਹੈ ਇਸ ਨੂੰ ਕੈਲਰੀ ਜਾਂ ਕਿਲੋ ਕੈਲਰੀ ਵਿੱਚ ਨਾਪਿਆ ਜਾਂਦਾ ਹੈ, ਤਾਪ ਨੂੰ ਕੈਲਰੀ ਜਾਂ ਕਿਲੋ ਕੈਲਰੀ ਵਿੱਚ ਨਾਪਿਆ ਜਾਂਦਾ ਹੈ। ਇਸਦਾ ਮਾਤਰਕ ਜਿਹੜਾ ਹੁੰਦਾ ਉਹ ਹੁੰਦਾ ਹੈ ਜੂਲ, ਜਿਸ ਨੂੰ ਜੇ ਨਾਲ ਦਰਸਾਇਆ ਜਾਂਦਾ ਹੈ। ਦੂਜੇ ਪਾਸੇ ਇਸ ਨੂੰ ਅੰਸ਼ਾਂ ਵਿੱਚ ਨਾਪਦੇ ਹਨ, ਆਪਾਂ ਤਾਪਮਾਨ ਦਾ ਵੇਖਿਆ ਸੀ ਇਸਨੂੰ ਕੀ ਹੈ ਅੰਸ਼ਾਂ ਵਿੱਚ ਨਾਪਦੇ ਹਨ। ਨੈਕਸਟ ਪੁਆਇੰਟ ਹੈਗਾ ਇਹ ਵਸਤੂ ਵਿੱਚ ਊਰਜਾ ਦੀ ਮਾਤਰਾ ਹੈਗੀ ਹੈ, ਤਾਪ ਜਿਹੜੀ ਹੁੰਦੀ ਹੈ ਵਸਤੂ ਵਿੱਚ ਊਰਜਾ ਦੀ ਮਾਤਰਾ ਹੈਗੀ ਹੈ, ਅਤੇ ਤਾਪਮਾਨ ਜਿਹੜਾ ਹੈਗਾ ਉਹ ਵਸਤੂ ਦਾ ਭੌਤਿਕ ਗੁਣ ਹੈਗਾ, ਤਾਪਮਾਨ ਵਸਤੂ ਦਾ ਭੌਤਿਕ ਗੁਣ ਹੁੰਦਾ ਹੈ। ਨੈਕਸਟ ਹੈਗਾ ਇਸ ਨੂੰ ਕੈਲੋਰੀਮੀਟਰ ਨਾਲ ਮਾਪਦੇ ਹਾਂ, ਤਾਪ ਨੂੰ ਅਸੀਂ ਕੈਲੋਰੀਮੀਟਰ ਨਾਲ ਮਾਪਦੇ ਹਾਂ ਅਤੇ ਤਾਪਮਾਨ ਨੂੰ ਅਸੀਂ ਥਰਮਾਮੀਟਰ ਨਾਲ ਮਾਪਦੇ ਹਾਂ। ਜਿਹੜੇ ਅਸੀਂ ਪਿੱਛੇ ਪੜ੍ਹੇ ਸੀ ਚਾਰ ਤਰ੍ਹਾਂ ਦੇ ਥਰਮਾਮੀਟਰ ਸੈਲਸੀਅਸ ਕੈਲਵਿਨ ਫਾਰਨਹਾਈਟ ਅਤੇ ਰਿਊਮਰ, ਇਹਨੂੰ ਕਿੰਨੇ ਕਿੰਨੇ ਵਿੱਚ ਮਾਪਦੇ ਹਾਂ ਥਰਮਾਮੀਟਰ ਵਿੱਚ। ਇਸ ਤੋਂ ਇਲਾਵਾ ਜਿਹੜੀ ਤਾਪ ਦੀ ਗੱਲ ਕਰੀਏ ਤਾਂ ਇਹ ਵਸਤੂ ਦੀ ਪ੍ਰਕਿਰਤੀ ਅਤੇ ਤਾਪਕ੍ਰਮ 'ਤੇ ਨਿਰਭਰ ਕਰਦਾ ਹੈ, ਤਾਪ ਜਿਹੜਾ ਵਸਤੂ ਦੀ ਪ੍ਰਕਿਰਤੀ ਅਤੇ ਤਾਪਕ੍ਰਮ 'ਤੇ ਨਿਰਭਰ ਕਰਦਾ ਹੈ। ਅਤੇ ਦੂਜੇ ਪਾਸੇ ਗੱਲ ਕਰੀਏ ਤਾਪਮਾਨ ਦੀ ਤਾਂ ਇਹ ਜਿਹੜਾ ਵਸਤੂ ਦੀ ਪ੍ਰਕਿਰਤੀ ਅਤੇ ਤਾਪਕ੍ਰਮ 'ਤੇ ਨਿਰਭਰ ਨਹੀਂ ਕਰਦਾ। ਨੈਕਸਟ ਜਿਹੜਾ ਪੁਆਇੰਟ ਹੈਗਾ ਸੀ ਇਹਦਾ ਉਹ ਹੈਗਾ ਹੈ ਕਿ ਇਹ ਇੱਕ ਕਾਰਨ ਹੈਗਾ, ਤਾਪ ਜਿਹੜਾ ਹੈਗਾ ਉਹ ਇੱਕ ਕਾਰਨ ਹੈਗਾ, ਅਤੇ ਤਾਪ ਜਿਹੜਾ ਹੈਗਾ ਤਾਪਮਾਨ ਹੈਗਾ ਇਹ ਇੱਕ ਤਾਪ ਦਾ ਪ੍ਰਭਾਵ ਹੈਗਾ, ਤਾਪਮਾਨ ਜਿਹੜਾ ਹੈਗਾ ਉਹ ਇੱਕ ਤਾਪ ਦਾ ਪ੍ਰਭਾਵ ਹੈਗਾ, ਅਤੇ ਤਾਪ ਕੀ ਹੈਗਾ ਇਹ ਇੱਕ ਕਾਰਨ ਹੈਗਾ। ਹਾਂਜੀ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਚੈਪਟਰ ਦੇ ਜਿੰਨੇ ਵੀ ਕੁਐਸਚਨ ਬਣਨਗੇ ਉਹ ਅਸੀਂ ਇੱਕ ਵੀਡੀਓ ਵਿੱਚ ਕਵਰ ਕਰਾਵਾਂਗੇ ਜਿਸ ਵਿੱਚ ਸਿਰਫ MCQ ਹੋਣਗੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਿਓ। ਵੀਡੀਓ ਨੂੰ ਤੁਸੀਂ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਬਾਕੀ ਹੋਰ ਵੀ ਐਪ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲ ਸਕੇ। ਮਿਲਦੇ ਹਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਦੇ ਲਈ ਟੇਕ ਕੇਅਰ।